ਸਜਣ ਸਚਾ ਪਾਤ ਸਾਹੋ ਸਿਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੋ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਜਵਾਰਦਾਸ ਜੀ ਮਹਾਰਾਜ ਦਿਨਾਂ ਦੇ ਪਵਿੱਤਰ ਸਥਾਨ ਉੱਪਰ ਕਾਲਯੁਗ ਕੇ ਬੋਹਿਥ ਜੁਗੋ ਜੋਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਆਓ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਵਿਚਾਰ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਦੇ ਹੋਏ ਮਿਹਰ ਕਰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਸਿਫਤ ਸਲਾਹ ਕਰ ਰਹੇ ਹਨ ਔਰ ਸਾਨੂੰ ਸਾਰਿਆਂ ਨੂੰ ਪਵਿੱਤਰ ਉਪਦੇਸ਼ ਦੇ ਰਹੇ ਨੇ ਕਿ ਉਸ ਵਾਹਿਗੁਰੂ ਜੀ ਦੀ ਜਿਹੜੀ ਸਿਫਤ ਹੈ SLAH ਹੈ ਉਹ ਪ੍ਰੇਮ ਸਤਕਾਰ ਦੇ ਨਾਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਆਪ ਸਾਰੀਆਂ ਸੰਗਤਾਂ ਕਿਰਪਾ ਕਰਦੇ ਹੋਏ ਪਾਮਨ ਪੀਤਰ ਵਿਚਾਰ ਸ਼ਰਵਣ ਕਰਨ ਦਾ ਯਤਨ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਮੋ ਚੰਦਰ ਚੰਦਰੇ हे ਅਕਾਲ ਪੁਰਖ ਜੀ ਆਪ ਜੀ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੋ ਕਿਉਂਕਿ ਚੰਦ ਧਾਤੂ ਜਿਹੜੀ ਹੈ ਸੰਸਕ੍ਰਿਤ ਦੀ ਇਹਦਾ ਅਰਥ ਹੈ ਪ੍ਰਕਾਸ਼ ਤੇ ਪੰਜਾਬੀ ਦੇ ਵਿੱਚ ਆਪਾਂ ਚੰਦਰਮਾ ਕਹਿ ਦਿੰਦੇ ਆ ਅਰਥ ਹੋਰ ਵੀ ਬੜੇ ਨੇ ਚੰਦਰਾ ਕਹਿ ਦਿੰਦੇ ਆ ਦੁਖਦਾਈ ਕਹਿ ਦਿੰਦੇ ਆ ਚੰਦਰਾ ਭਾਵ ਖੋਟਾ ਪੁਰਸ਼ ਆਮਾ ਪੁਰਸ਼ਾਂ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਤੋਹੇ ਤੇਤੀ ਪਰ ਨਚੋੜ ਤੇ ਆ ਵੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਸੇ ਵੀ ਦੇ ਸਜਾ ਪ੍ਰਥਮ ਸੰਸਾਰਾ ਮੱਛੀ ਸਮੁੰਦਰ ਦਾ ਆਨੰਦ ਤੇ ਮਾਣ ਸਕਦੀ ਹੈ ਜਿੰਨਾ ਡੁੰਗ੍ਹਾਈ ਚ ਜਾਵੇ ਪਰੰਤ ਨਹੀਂ ਪਾ ਸਕਦੀ ਅਸਮਾਨ ਦੇ ਵਿੱਚ ਪੰਛੀ ਜਿੰਨਾ ਖੰਭਾਂ ਦੇ ਵਿੱਚ ਵਾਹਿਗੁਰੂ ਨੇ ਬਾਲ ਦਿੱਤਾ ਉੱਡ ਤੇ ਸਕਦਾ ਹੈ ਆਨੰਦ ਲੈ ਸਕਦਾ ਪਰੰਤ ਨਹੀਂ ਪਾ ਸਕਦਾ ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਇਹ ਧੁਰ ਕੀ ਬਾਣੀ ਹੈ ਤੈਨੂੰ ਦੁਨਿਆਵੀ ਸ਼ਬਦਾਂ ਦੇ ਵਿੱਚ ਕੋਈ ਕਿੰਨਾ ਕੁ ਬਿਆਨ ਕਰ ਸਕਦਾ ਹੈ ਇਹ ਬੇਅੰਤ ਹੈ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ ਸੋ ਮਹਾਪੁਰਸ਼ਾਂ ਨੇ ਬੜੇ ਬੜੇ ਅਰਥ ਕੀਤੇ ਨੇ ਆਉ ਉਹਨਾਂ ਅਰਥਾਂ ਦੇ ਵਿੱਚੋਂ ਕੁਝ ਨਾ ਕੁਝ ਸਤਿਗੁਰੂ ਜੀ ਦੀ ਕਿਰਪਾ ਸਦਕਾ ਕਰਦਾ ਯਤਨ ਕਰੀਏ ਇਹ ਅਕਾਲ ਪੁਰਖ ਜੀ ਆਪ ਨਮੋ ਚੰਦਰ ਚੰਦਰੇ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਕਿਉਂ ਚੰਦਰਮਾ ਆਪਣੇ ਆਪ ਕੀ ਕਰੇਗਾ ਦੁਨੀਆ ਦੀ ਹਰ ਵਸਤੂ ਆਪਣੇ ਆਪ ਕੀ ਕਰ ਸਕਦੀ ਹੈ ਉਹਦੇ ਵਿੱਚ ਕੋਈ ਬੈਠਾ ਹੋਇਆ ਵਾ ਜਿਹੜਾ ਕਰਾਉਂਦਾ ਪਿਆ ਹੈ ਕਰਦਾ ਪਿਆ ਹੈ ਤਾਂ ਜਿਹੜਾ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੋ ਕੇ ਬੈਠਾ ਹੈ ਉਸ ਪਰਮੇਸ਼ਰ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ ਜਿਵੇਂ ਸਤਿਗੁਰੂ ਜੀ ਬਾਣੀ ਚ ਫਰਮਾਉਂਦੇ ਨਾ ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋਹੇ ਨਾ ਸੱਕੈ ਸਾਚੇ ਸਿਉ ਲਿਬਲਾਈ へ ਜਾਂ ਫਿਰ ਨਮੋ ਚੰਦਰ ਚੰਦਰੇ हे ਅਕਾਲ ਪੁਰਖ ਜੀ ਹੁਣ ਚੰਦਰ ਧਾਤੂ ਦਾ ਅਰਥ ਕੀਆ ਪ੍ਰਕਾਸ਼ ਤੇ ਇੱਕ ਚੰਦਰ ਦਾ ਅਰਥ ਜੇ ਚੰਦਰਮਾ ਕਰ ਦਈਏ ਤੇ ਦੂਜੇ ਚੰਦਰ ਦਾ ਅਰਥ ਕਰ ਦਈਏ ਪ੍ਰਕਾਸ਼ ਤਾਂ ਚੰਦਰਮਾ ਨੂੰ ਵੀ ਚਾਨਣ ਦੇਣ ਵਾਲਾ ਪ੍ਰਕਾਸ਼ ਦੇਣ ਵਾਲਾ ਪਹਿਲਾ ਅਰਥ ਤੇ ਮਹਾਂਪੁਰਸ਼ਾਂ ਕੀਤਾ ਨਾ ਵੀ ਚੰਦਰਮਾ ਦੇ ਵਿੱਚ ਜਿਹੜਾ ਚੰਦਰਮਾ ਰੂਪ ਹੈ ਨੇਤਰਾਂ ਦੇ ਵਿੱਚ ਨੇਤਰ ਰੂਪ ਹੈ ਸੁਣਨ ਸ਼ਕਤੀ ਵਿੱਚ ਉਹ ਸੁਣਨ ਸ਼ਕਤੀ ਰੂਪ ਹੈ ਦੂਸਰਾ ਅਰਥ ਮਹਾਂਪੁਰਸ਼ ਕੀ ਕਰਦੇ ਨੇ ਵੀ ਜਿਹੜਾ ਚੰਦਰਮਾ ਨੂੰ ਵੀ ਚੰਦਰ ਚਾਨਣ ਦੇਣ ਵਾਲਾ ਪ੍ਰਕਾਸ਼ ਦੇਣ ਵਾਲਾ ਹੈ ਦਸਵੇਂ ਪਾਤਸ਼ਾਹ ਕਹਿੰਦੇ ਨਾ ਵੀ ਇਹ ਚੰਦਰਮਾ ਸੂਰਜ ਇਹ ਵਾਹਿਗੁਰੂ ਦੀ ਸ਼ਕਤੀ ਤੇ ਨਾਲ ਹੀ ਚੰਕਦੇ ਪਏ ਭੂ ਮੇਰ ਆਕਾਸ਼ ਨਿਵਾਸ ਸ਼ਿਤੰਗ ਰਚ ਰੋਚ ਇਕਾਦਸ਼ ਚੰਦਰ ਬ੍ਰਿਤੰਗ ਹੁਣ ਅਗਲੀ ਪੰਕਤੀ ਬੜੀ ਕਮਾਲ ਦੀ ਦੁੱਤ ਚੰਦ ਦਿਨੀਸਾ ਦੀਪ ਦਈ ਜਿਹ ਪਾਵਕ ਪਉਣ ਪ੍ਰਚੰਡ ਬਈ ਚੰਦਰਮਾ ਨੂੰ ਕਿੰਨੇ ਦੁੱਤ ਦਿੱਤੀ ਹੈ ਦਨਿਆਰ ਨੂੰ ਕਿੰਨੇ ਤੋਂ ਆਪਣੇ ਪ੍ਰਕਾਸ਼ ਦਿੱਤਾ ਹੈ ਚਮਕ ਦਿੱਤੀ ਹੈ ਸੂਰਜ ਨੂੰ ਕਿੰਨੇ ਦਿੱਤੀ ਹੈ ਦੁੱਤ ਚੰਦ ਦਿਨੀਸਾ ਹੈ ਦੀਪ ਦਈ ਆਓ ਜਿਹੜਾ ਵਾਹਿਗੁਰੂ ਪਰਮੇਸ਼ਰ ਚੰਦਰਮਾ ਨੂੰ ਵੀ ਚਾਨਣ ਦੇਣ ਵਾਲਾ ਹੈ ਉਹਦੇ ਤਾਂ ਹੀ ਨਮੋ ਨਮਸਕਾਰ ਹੈ ਤੇ ਪੰਜਾਬੀ ਚ ਚੰਦਰਮਾ ਦਾ ਅਰਥ ਕੀ ਹੋ ਗਿਆ ਚੰਦਰਾ ਆਪਾਂ ਖੈ ਦਿੰਦੇ ਨਾ ਚੰਦਰਾ ਖੋਟੇ ਪੁਰਸ਼ ਹੁਣ ਇਹਦਾ ਅਰਥ ਕੀ ਬਣਿਆ ਨਮੋ ਚੰਦਰ ਚੰਦਰੇ ਵੀ ਜਿਹੜੇ ਚੰਦਰੇ ਲੋਕ ਨੇ ਨਾ ਪਾਪੀ ਲੋਕ ਨੇ ਖੋਟੇ ਪੁਰਸ਼ ਨੇ ਬਾੜੇ ਬੰਦੇ ਨੇ ਉਹਨਾਂ ਨੂੰ ਫਿਰ ਚੰਦਰਮਾ ਨੇ ਭਿਆਨਕ क्रूर ਉਹ ਕੀ ਆ ਮੌਤ ਹੋ ਕੇ ਟੱਕਰਦਾ ਹੈ ਉਹਨਾਂ ਦਾ ਅੰਤ ਕਰਦਾ ਹੈ ਭਿਆਨਕ ਸਰੂਪ ਜਮਦੂਤ ਰੂਪ ਹੋ ਕੇ ਸਜ਼ਾ ਦਿੰਦਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਣ ਮਾਧਾਣੀਆਂ ਤੇਉ ਮਥੇ ਧਰਮ ਰਾਏ ਤਾਂ ਐਸਾ ਵਾਹਿਗੁਰੂ ਜਿਹੜਾ ਖੋਟੇ ਪੁਰਸ਼ਾਂ ਨੂੰ ਚੰਦਰ ਕਰੂਰ ਤੇ ਭਿਆਨਕ ਮੌਤ ਬਣ ਕੇ ਮੌਤ ਰੂਪ ਹੋ ਕੇ ਜਮਦੂਤ ਰੂਪ ਹੋ ਕੇ ਧਰਮ ਰਾਜ ਰੂਪ ਹੋ ਕੇ ਟੱਕਰਦਾ ਹੈ ਹਿਸਾਬ ਲੈਂਦਾ ਹੈ ਲੇਖਾ ਲੈਂਦਾ ਹੈ ਐਸੇ ਵਾਹਿਗੁਰੂ ਜੀ ਦੇ ਤਾਈਂ ਨਮਸਕਾਰ ਹੈ ਦਸਵੇਂ ਪਾਤਸ਼ਾਹ ਦੀਆਂ ਜਿਹੜੀਆਂ ਇਹ ਤੁਕਾਂ ਨੇ ਇਹਨਾਂ ਦਾ ਸੌਖਾ ਜਿਹਾ ਭਾਵ ਇਹ ਹੈ ਅੱਗੇ ਵੀ ਆਉਣਗੀਆਂ ਵੀ ਨਮੋ ਭਾਨ ਭਾਨੇ ਜਾਂ ਨਮੋ ਤੇਜ ਤੇਜੇ ਨਮੋ ਯੁੱਧ ਯੁੱਧੇ ਸਮਾਪਤੀ ਤੇ ਜਾ ਕੇ ਇਹਨਾਂ ਸਾਰੀਆਂ ਦਾ ਭਾਵ ਇਹ ਹੈ ਵੀ ਹਰ ਚੀਜ਼ ਦਾ ਬੀਜ ਪ੍ਰਭਾਤਮਾ ਵਾ ਹਰ ਚੀਜ਼ ਪ੍ਰਮਾਤਮਾ ਤੋਂ ਪੈਦਾ ਹੋਈ ਹੈ ਇਸ ਕਰਕੇ ਚੰਦਰਮਾ 'ਚ ਚੰਦਰਮਾ ਰੂਪ ਹੈ ਸੂਰਜ 'ਚ ਸੂਰਜ ਰੂਪ ਹੈ ਤੇਜ 'ਚ ਤੇਜ ਰੂਪ ਹੈ ਯੁੱਧ 'ਚ ਯੁੱਧ ਰੂਪ ਹੈ ਹਨੇਰਾ ਵੀ ਤੇ ਉਤੋਂ ਹੀ ਪੈਦਾ ਹੋਇਆ ਇਸ ਕਰਕੇ ਨਮੋ ਅੰਧਕਾਰ ਹਨੇਰੇ ਦਾ ਬੀਜ ਵੀ ਤੇ ਉਹ ਹੀ ਆ ਨਾ ਹਰ ਵਸਤੂ ਦਾ ਬੀਜ ਹੀ ਪ੍ਰਮਾਤਮਾ ਹੈ ਇਸ ਕਰਕੇ ਜਿਵੇਂ yogi ਅੱਲਾ ਯਾਰਖਾ ਕਹਿੰਦਾ ਨਾ ਵੀ ਜਿੱਧਰ ਵੀ ਮੈਂ ਦੇਖਦਾ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਹਰ ਵਸਤੂ ਦੇ ਵਿੱਚ ਤਸੱਲਾ ਤੇਰੀ ਯਾਤ ਕਾ ਸੂ ਬਸੂ ਹੈ ਜਿੱਧਰ ਵੀ ਦੇਖਤਾ ਹੁਦਰ ਤੂੰ ਹੀ ਤੂੰ ਹੈ ਉਹ ਤੇ ਇੱਥੋਂ ਤੱਕ ਵੀ ਕਹਿ ਜਾਂਦਾ ਹੈ ਮੁਸਲਮਾਨ ਹੈ ਉਹ ਤੇ ਇੱਥੋਂ ਤੱਕ ਵੀ ਕਹਿ ਦਿੰਦਾ ਦੀਦਾਰੇ ਖੁਦਾ ਗਰ ਨਹੀਂ ਦੇਖਾ ਤੂੰ ਨੇ ਗੋਬਿੰਦ ਸਿੰਘ ਕੋ ਦੇਖੋ ਹੂਬ ਹੂ ਹੈ ਜੇ ਰੱਬ ਨਹੀਂ ਵੇਖਿਆ ਤੇ ਦਸਵੇਂ ਪਾਤਸ਼ਾਹ ਦੇ ਹੂਬ ਹੂ ਰੱਬ ਵੀ ਆਣ ਕੇ ਬੈਠਾ ਜਿਵੇਂ ਸ਼੍ਰੀਮਾਨ ਭਾਈ ਆਨੰਦ ਲਾਲ ਸਿੰਘ ਜੀ ਮਹਾਰਾਜ ਕਹਿੰਦੇ ਨਾ ਰੂਹ ਹਰ ਜਿਸਮ ਗੁਰੂ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਹਰ ਜਿਸਮ ਦੇ ਵਿੱਚ ਜਿਹੜੀ ਰੂਹ ਹੈ ਦਰ ਅੰਦਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਆ ਹੋਰ ਕੌਣ ਹੈ ਤਾਂ ਸਤਿਗੁਰੂ ਮਹਾਰਾਜ ਹਰ ਚੀਜ਼ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਪਏ ਆ ਇਸ ਕਰਕੇ ਉਹ ਭਾਵੇਂ दैਵੀ ਸੰਪਰਦਾ ਹੈ ਉਹ ਭਾਵੇਂ दैਵੀ ਸੰਪਦਾ ਹੈ ਜਾਂ ਆਸਰੀ ਸੰਪਦਾ ਹੈ ਹਰੇਕ ਦੇ ਵਿੱਚ ਪਰਮੇਸ਼ਰੀ ਹੈ ਕਿਉਂ ਬੀਜ ਸਾਰਿਆਂ ਦਾ ਰੱਬ ਹੀ ਆਖੀਰ ਜਿਹੜਾ ਰੱਬ ਹੀ ਜਾਂ ਫਿਰ ਨਮੋ ਚੰਦਰ ਚੰਦਰੇ ਜਿਹੜਾ ਬਾਹਰਲਾ ਚੰਦਰਮਾ ਹੈ ਇਹਨੂੰ ਠੰਡਾ ਮੰਨਿਆ ਪਾਰੇ ਇੰਨਾ ਠੰਡਾ ਵੀ ਨਹੀਂ ਆ ਵੀ ਕਿਸੇ ਦਾ ਹਿਰਦਾ ਠੰਡਾ ਕਰ ਦੇ ਠਾਰ ਕਰ ਦੇ ਸਗੋ ਪੁੰਨਿਆਂ ਦੀ ਰਾਤ ਕਹਿੰਦੇ ਕਾਮ ਵਕਾਰ ਨੂੰ ਪੈਦਾ ਕਰਦਾ ਹੈ ਪਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਅਸਲੀ ਚੰਦਰਮਾ ਹੈ ਉਹ ਚੰਦਰਮਾ ਦਾ ਵੀ ਚੰਦਰਮਾ ਕੀ ਆ ਵਾਹਿਗੁਰੂ ਜੀ ਦਾ ਨਾਮ ਐਸੇ ਨਾਮ ਸਰੂਪ ਵਾਹਿਗੁਰੂ ਜੀ ਨੂੰ ਮਾਰੇ ਕਹਿੰਦੇ ਨਮੋ ਨਮਸਕਾਰ ਹੈ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟ ਹੀ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਰੱਬ ਦੇ ਪਿਆਰਿਆਂ ਨੂੰ ਹਰ ਚੀਜ਼ ਹੀ ਰੱਬ ਹੀ ਦੇਖਦਾ ਹੈ ਆਪਾਂ ਨੂੰ ਤੇ ਜਿੱਥੇ ਰੱਬ ਹੈ ਗੁਰਦੁਆਰਾ ਜਾਂ ਗੁਰਬਾਣੀ ਉੱਚ ਵੀ ਨਹੀਂ ਦੇਖਦਾ ਪਰ ਰੱਬ ਦੇ ਪਿਆਰਿਆਂ ਨੂੰ ਹਰ ਵਸਤੂ ਚ ਹੀ ਰੱਬ ਦੇਖਦਾ ਹੈ ਚੰਦਰਮਾ ਚ ਬਿਓਈ ਹੁਣ ਅੱਗੇ ਫਿਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨਮੋ ਭਾਨ ਭਾਨੇ ਭਾਨ ਕਹਿੰਦੇ ਸੂਰਜ ਨੂੰ ਤੇ ਭਾਨ ਕਹਿੰਦੇ ਪ੍ਰਕਾਸ਼ਣ ਨੂੰ ਹੁਣ ਸੂਰਜ ਦੇ ਵਿੱਚ ਸੂਰਜ ਰੂਪ ਹੋ ਕੇ ਕਿਹੜਾ ਪ੍ਰਕਾਸ਼ ਰਿਹਾ ਸੂਰਜ ਦੇ ਵਿੱਚ ਕੌਣ ਬੈਠਾ ਹੈ ਤਾਂ ਹਰ ਵਸਤੂ ਦੇ ਵਿੱਚ ਵਾਹਿਗੁਰੂ ਹੈ ਐਸੇ ਵਾਹਿਗੁਰੂ ਦੇ ਤਾਂ ਹੀ ਨਮੋ ਮਾਰੇ ਕਹਿੰਦੇ ਨਮਸਕਾਰ ਹੈ ਜਿਵੇਂ ਗੁਰਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਕਹਿੰਦੇ ਨਾ ਵਾਹੋ ਵਾਹੋ ਕਾ ਵੱਡਾ ਤਮਾਸ਼ਾ ਵਾਹਿਗੁਰੂ ਦੀ ਖੇਡ ਨਹੀਂ ਕੋਈ ਸਮਝ ਸਕਦਾ ਆਪੇ ਹੱਸੈ ਆਪ ਹੀ ਚਿਤਵੇ ਆਪੇ ਚੰਦ ਸੂਰ ਪ੍ਰਗਾਸਾ ਆਪ ਹੀ ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼ ਰਿਹਾ ਦੁਨੀਆਂ ਦੇ ਲੋਕੋ ਚੰਦਰਮਾ ਦੇ ਵਿੱਚ ਚੰਦ ਬਣ ਕੇ ਚਾਨਣ ਦੇ ਰਿਹਾ ਏ ਤੇ ਸੂਰਜ ਵਿੱਚ ਸੂਰਜ ਬਣ ਕੇ ਪ੍ਰਕਾਸ਼ ਦੇ ਰਿਹਾ ਗੁਰਬਾਣੀ ਕਹਿੰਦੀ ਉਹ ਵਾਹਿਗੁਰੂ ਹੈ ਪਰ ਸਮਝੂ ਕੋਈ ਵਿਰਲਾ ਹੀ ਵਾਹੋ ਵਾਹੋ ਕਾ ਵੱਡਾ ਤਮਾਸਾ ਇਸ ਖੇਡ ਨੂੰ ਕੋਈ ਵਿਰਲਾ ਹੀ ਸਮਝੇਗਾ ਤਾਂ ਨਮੋ ਭਾਨ ਭਾਨੇ ਇਹ ਅਕਾਲ ਪੁਰਖ ਜੀ ਆਪ ਹੀ ਸੂਰਜ ਰੂਪ ਹੋ ਕੇ ਸੰਸਾਰ ਵਿੱਚ ਭਾਨੇ ਪ੍ਰਕਾਸ਼ ਕਰ ਰਹੇ ਨਮੋ ਗੀਤ ਗੀਤੇ ਹੁਣ ਇੱਥੇ ਮਹਾਰਾਜ ਨੇ ਗੀਤਾਂ ਦੀ ਗੱਲ ਕੀਤੀ ਹੈ ਤੇ ਗੀਤ ਦਾ ਨਾਂ ਸੁਣਦਿਆਂ ਸ਼ਾਇਦ ਕਿਸੇ ਦੇ ਮਨ 'ਚ ਪ੍ਰਸ਼ਨ ਵੀ ਪੈਦਾ ਹੋ ਸਕਦਾ ਗੀਤ ਕਿੱਧਰ ਆ ਗਿਆ ਗੁਰਬਾਣੀ 'ਚ ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਵੀ ਗੀਤ ਦਾ ਅਰਥ ਹੁੰਦਾ ਗਾਉਣ ਯੋਗ ਛੰਦ ਜਿਹਨੂੰ ਗਾਇਆ ਜਾ ਸਕੇ ਉਹਨੂੰ ਗੀਤ ਕਿਹਾ ਜਾਂਦਾ ਹੈ ਹੁਣ ਗੀਤ ਦੇ ਵਿੱਚ ਵੀ ਉਹ ਬੈਠਾ ਹੈ ਤੇ ਗੁਰਬਾਣੀ ਵਰਗਾ ਗੀਤ ਜਿਹੜੀ ਚੀਜ਼ ਗਾਉਣ ਦੇ ਵਿੱਚ ਆਵੇ ਨਾ ਉਹਨੂੰ ਗੀਤ ਕਿਹਾ ਜਾਂਦਾ ਹੈ ਇੱਕ ਤੇ ਦੂਸਰਾ ਅਰਥ ਨਾ ਸਮਝ ਲਿਓ ਦੂਸਰਿਆਂ ਬਾਰੇ ਤੇ ਗੁਰਬਾਣੀ ਨੇ ਮਨਾਈ ਕੀਤੀ ਹੈ ਨਮੋ ਗੀਤ ਗੀਤੇ ਹੁਣ ਬਾਣੀ ਵੀ ਕਹਿੰਦੀ ਨਾ ਲੋਕ ਜਾਣੈ ਇਹੋ ਗੀਤ ਹੈ ਵੀ ਇਹ ਤਾਂ ਗਾਉਣ ਵਾਲੀ ਬਾਣੀ ਆ ਕਵਤਾ ਹੀ ਆ ਹੋਰ ਕੀ ਹੈ ਪਰਲ ਮਾਨਮੁਖ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਤਾਂ ਬ੍ਰਹਮ ਵਿਚਾਰ ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਹੁਣ ਕਬੀਰ ਸਾਹਿਬ ਕਹਿੰਦੇ ਵੀ ਮੇਰੇ ਬਚਨਾਂ ਨੂੰ ਇਹ ਗੀਤ ਹੀ ਸਮਝ ਛੜਦੇ ਵੀ ਜਿੱਦਾਂ ਦੂਜਿਆਂ ਦੀ ਕਵਤਾ ਇਦਾਂ ਕਬੀਰ ਸਾਹਿਬ ਨੇ ਵੀ ਦਿਮਾਗ ਤੇ ਜੋਰ ਦੇ ਕੇ ਲਿਖ ਲਈ ਹੋਊਗੀ ਤੋਗਬੰਦੀ ਕਰ ਲਈ ਹੋ ਪਰ ਇਹ ਤਾਂ ਤੁਰਕੀ ਬਾਣੀ ਆ ਇਹ ਤਾਂ ਬ੍ਰਹਮ ਦੀ ਵਿਚਾਰ ਆ ਵਾਹਿਗੁਰੂ ਦੀ ਵਿਚਾਰ ਹੈ ਜੇ ਕੋਈ ਬੰਦਾ ਕਹੇ ਵੀ ਗੁਰਬਾਣੀ ਵੀ ਦੁਨਿਆਵੀ ਗੀਤ ਹੀ ਆ ਬਸ ਜਿੱਦਾਂ ਕਲਾਕਾਰਾਂ ਦੇ ਗੀਤ ਹੁੰਦੇ ਤਾਂ ਜਿਹੜੇ ਦੁਨਿਆਵੀ ਗੀਤ ਆ ਕਵਤਾਵਾਂ ਵਾਂ ਉਹ ਇੱਕ ਵਾਰੀ ਪੜੋ ਦੋ ਵਾਰੀ ਪੜੋ ਤਿੰਨ ਵਾਰੀ ਪੜੋ ਉਹਨਾਂ ਦਾ ਰਾਸ ਜਿਹੜਾ ਮੁੱਕ ਜਾਂਦਾ ਪਰ ਗੁਰਬਾਣੀ ਦਾ ਰਾਸ ਰੋਜ਼ ਹੀ ਉਹਦਾ ਨਿਤਨੇਮ ਹੁੰਦਾ ਉਸੇ ਗੁਰਬਾਣੀ ਦਾ ਤੇ ਜਿਹੜੇ ਉਹਨੂੰ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਦੇ ਨੇ ਉਹ ਦੱਸਦੇ ਨੇ ਕਿ ਉਹਦਾ ਰਸ ਵਧਦਾ ਜਾਂਦਾ ਹੈ ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਜਿਹਨੂੰ ਉਹ ਰਸ ਆ ਗਿਆ ਉਹਦੇ ਵਾਸਤੇ ਫਿਰ ਬਖੈ ਬਨ ਫੀਕਾ ਤਿਆਗ ਰਹੀ ਸਕੀਏ ਨਾਮ ਮਹਾਰਸ ਪਿਓ ਉਹਦੇ ਬਰਾਬਰ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਗੁਰੂ ਨੇ ਉੱਥੇ ਧਾਰਮਿਕ ਗ੍ਰੰਥ ਵੀ ਨੇ ਇੱਕੋ ਇੱਕ دنیਆਵੀ ਧਾਰਮਿਕ ਜੇ ਗ੍ਰੰਥ ਦੇ ਰੂਪ ਦੇ ਵਿੱਚ ਦੇਖੀਏ ਇੱਕੋ ਇੱਕ ਇਦਾਂ ਦੀ ਪੁਸਤਕ ਆ ਜਿਹੜੀ ਕਦੀ ਨਹੀਂ ਮੁੱਕਣ ਵਾਲੀ ਤੁਸੀਂ ਕਹੋਗੇ ਵੀ ਅਸੀਂ ਤੇ ਰੋਜ਼ ਖੰਡ ਪਾਠ ਕਰਦੇ ਆ ਤੇ ਐਸ ਵਜੇ ਰੰਭ ਹੁੰਦਾ ਐਸ ਵਜੇ ਮੱਦ ਲੱਗਦਾ ਐਸ ਵਜੇ ਭੂਖ ਪੈ ਜਾਂਦਾ ਨਹੀਂ ਇਹ ਗੱਲ ਨਹੀਂ ਇਹਦਾ ਜਿਹੜਾ ਰਾਸ ਹੈ ਉਹ ਜਦੋਂ ਤੁਸੀਂ ਦੁਬਾਰਾ ਪੜੋਗੇ ਫੇਰ ਨਵਾਂ ਉਤੋਂ ਵੀ ਸੋਹਣਾ ਤੇ ਉਤੋਂ ਵੀ ਵਧੀਆ ਫੇਰ ਤੁਸੀਂ ਦੁਬਾਰਾ ਇਹਦਾ ਪਾਠ ਕਰੋਗੇ ਫੇਰ ਨਵਾਂ ਇੱਕੋ ਇੱਕ ਦੁਨੀਆਂ ਦੇ ਧਾਰਮਿਕ ਗੁਰੂ ਵੀ ਤੇ ਪੁਸਤਕ ਵੀ ਗ੍ਰੰਥ ਵੀ ਇਦਾਂ ਦਾ ਹੈ ਜਿਹੜਾ ਕਦੀ ਮੁੱਕਣ ਚ ਨਹੀਂ ਆਉਂਦਾ ਜਦੋਂ ਸ਼ੁਰੂ ਕੀਤਾ ਉਦੋਂ ਕੁਝ ਨਾ ਕੁਝ ਨਵਾਂ ਤਾ ਇਸ ਕਰਕੇ ਗੁਰਬਾਣੀ ਜਿਹੜੀ ਆ ਇਹ ਗੀਤਾਂ ਦਾ ਵੀ ਗੀਤ ਆ ਐਸੇ ਵਾਹਿਗੁਰੂ ਨੂੰ ਗੁਰਬਾਣੀ ਸਰੂਪ ਵਾਹਿਗੁਰੂ ਨੂੰ ਨਾਮ ਸਰੂਪ ਵਾਹਿਗੁਰੂ ਨੂੰ ਨਮੋ ਮਹਾਰਾਹ ਕਹਿੰਦੇ ਨਮਸਕਾਰ ਹੈ ਕਿਉਂ ਸਤਿਗੁਰੂ ਕਹਿੰਦੇ ਨਾ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਕਿਉਂ ਗੀਤ ਦਾ ਅਰਥ ਹੁੰਦਾ ਜਿਹੜਾ ਗਾਉਣ ਚਾਵੇ ਗਾਉਣ ਯੋਗ ਛੰਦ ਜਾਂ ਫਿਰ ਨਮੋ ਗੀਤ ਗੀਤੇ ਜੇ دنیਵੀ ਤੌਰ ਤੇ ਵੀ ਅਰਥ ਕੀਤਾ ਜਾਵੇ ਤੇ ਹਰ ਬੰਦੇ ਦੇ ਵਿੱਚ ਕੌਣ ਬੈਠਾ ਹੈ ਤਾਂ ਜਿਹੜਾ ਗੀਤ ਗੀਤਾਂ ਦੇ ਗਾਉਣ ਵਾਲਿਆਂ ਵਿੱਚ ਵੀ ਗੀਤੇ ਗੀਤ ਨੂੰ ਗਾਉਂਦਾ ਪਿਆ ਹੈ ਚੇਤਨ ਆਤਮਾ ਰੂਹ ਜਿਹੜੀ ਨਿਕਲ ਗਈ ਤੇ ਗੁਰਬਾਣੀ ਵਿੱਚ ਜਿਵੇਂ ਮਾਰਾਈ ਕਹਿੰਦੇ ਆ ਨਾ ਵੀ ਬਾਬਾ ਬੋਲਤੇ ਤੇ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤੇ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਉਹ ਗਾਉਣ ਵਾਲਾ ਕਿੱਥੇ ਚਲੇ ਗਿਆ ਵਿੱਚੋਂ ਉਹ ਜੋਗੀ ਜੀ ਵਜਾਉਣ ਵਾਲੇ ਬੜੀ ਸੋਹਣੀ ਕਿੰਗਰੀ ਵਜਾਉਂਦੇ ਸੀ ਕਿੱਥੇ ਚਲੇ ਗਏ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਤਾਂ ਗੀਤ ਦੇ ਗਾਉਣ ਦੇ ਵਿੱਚ ਗੀਤੇ ਗਾਉਣ ਵਾਲਾ ਜਿਹੜਾ ਪਰਮੇਸ਼ਰ ਹੈ ਜਿਹਦੇ ਕਰਕੇ ਸਾਰੀ ਕਿਰਿਆ ਹੁੰਦੀ ਹੈ ਅੱਖਾਂ ਦੇਖਦੀਆਂ ਨੇ ਕੰਨ ਸੁਣਦੇ ਨੇ ਜੁਬਾਨ ਬੋਲਦੀ ਹੈ ਪੈਰ ਚੱਲਦੇ ਨੇ ਹੱਥ ਪਕੜਦੇ ਨੇ ਉਹਦੀ ਗੱਲ ਕਰਦੇ ਪਏ ਹਨ ਤਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਤਾਂ ਹੀ ਮਾਰੇ ਕਹਿੰਦੇ ਨਮਸਕਾਰ ਹੈ ਤੁਸੀਂ ਹੈਰਾਨ ਹੋਵੋਗੇ ਇਹ ਤਾਂ ਗੀਤਾਂ ਦੀ ਗੱਲ ਹੀ ਆਈ ਆ ਨਾ ਅੱਗੇ ਨੱਚਣ ਦੀ ਗੱਲ ਵੀ ਆਉਣੀ ਆ ਪਤਾ ਤੇ ਉਦੋਂ ਲੱਗਣਾ ਨਮੋ ਨ੍ਰਿਤ ਨ੍ਰਿਤੇ ਤਾਂ ਗੀਤ ਦਾ ਦੂਜਾ ਅਰਥ ਹੁੰਦਾ ਜਸ ਵਡਿਆਈ ਤੇ ਗੀਤ ਦਾ ਤੀਜਾ ਅਰਥ ਹੁੰਦਾ ਗਾਇਨ ਕਰਨਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਨਮੋ ਗੀਤ ਗੀਤੇ ਗੀਤ ਮੈਨੇ ਜਸ ਜਾਸ ਦੇ ਵਿੱਚ ਗੀਤੇ ਜਸ ਰੂਪ ਹਰ ਚੀਜ਼ ਦਾ ਬੀਜ ਕੀ ਆ ਵਾਹਿਗੁਰੂ ਹਰ ਚੀਜ਼ ਦੇ ਵਿੱਚ ਕੌਣ ਬੈਠਾ ਹੈ ਬ੍ਰਹਮ ਗਿਆਨੀਆਂ ਦੀ ਨਿਗਾਹ ਵਿੱਚ ਹਰ ਥਾਂ ਤੇ ਉਹੋ ਹੀ ਹੈ ਤਾਂ ਉਸ ਵਾਹਿਗੁਰੂ ਦੇ ਤਾਈ ਜਿਹੜਾ ਗੀਤ ਜਸ ਵਿੱਚ ਗੀਤੇ ਜਸ ਰੂਪ ਉਹਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ ਦਸਵੇਂ ਪਾਤਸ਼ਾਹ ਦੀ ਬਾਣੀ ਤਾਈਓ ਸਮਝ ਨਹੀਂ ਆਉਂਦੀ ਬਹੁਤੇ munkar ਕਿਉਂ ਜਾਂਦੇ ਨੇ ਉਹ ਸੋਚੀ ਪਏ ਜਾਂਦੇ ਨੇ ਵੀ ਦਸਵੇਂ ਪਾਤਸ਼ਾਹ ਕੀ ਲਿਖੀ ਜਾਂਦੇ ਨੇ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਸ਼ ਭਾਖਿਆ ਬਿਲਕੁਲ ਉਲਟ ਅੱਗੇ ਕੀ ਲਿਖਤਾ ਕਹੂੰ ਬੇਦ ਰੀਤੰ ਬੇਦ ਤੇ ਕਹਿੰਦੇ ਆ ਮਲੇਸ਼ ਦੇ ਮੱਥੇ ਨਹੀਂ ਲੱਗਣਾ ਜਿੱਥੋਂ ਤੱਕ ਕਾਲਾ ਹਿਰਨ ਚਰਦਾ ਵਾ ਇੱਥੋਂ ਤੱਕ ਭਾਰਤ ਦੇਸ਼ ਆ ਇਤੋਂ ਅੱਗੇ ਗਏ ਤੇ ਤੁਹਾਡਾ ਧਰਮ ਖਤਮ ਹੋ ਜਾਣਾ ਵਾ ਹੁਣ ਮਾਰੇ ਕੀ ਲਿਖਦੇ ਪਏ ਆ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰਗ ਕਿਤੇ ਗੀਤ ਪੌਂਦਾ ਤੇ ਕਹੂੰ ਮਲੇਸ਼ ਭਖਿਆ ਇਹ ਬਿਲਕੁਲ ਹੀ ਉਹਦੇ ਐਂਟੀ ਚੀਜ਼ ਅੱਗੇ ਆ ਗਈ ਕਹੂੰ ਬੇਦ ਰੀਤੰਗ ਕਹੂੰ ਨ੍ਰਿਤ ਵਿਦਿਆ ਕਹੂੰ 나ਗ ਬਾਨੀ ਕਹੂੰ ਗਾਰੜੂ ਗੂੜ ਕਥੇ ਕਹਾਣੀ ਹੁਣ ਦਸਵੇਂ ਪਾਤਸ਼ਾਹ ਦੀ ਇਹ ਚੀਜ਼ ਤਾਈਓ ਸਮਝ ਨਹੀਂ ਨਾ ਪੈਂਦੀ ਵੀ ਕਿਤੇ ਤੇ ਤੂੰ ਮਹਾਰਾਜ ਕਹਿੰਦੇ ਕਿਸੇ ਸਰੀਰ ਚ ਤੂੰ ਨੱਚਦਾ ਪਿਆਵਾ ਕਿਸੇ ਸਰੀਰ ਚ ਤੂੰ ਗਾਉਂਦਾ ਪਿਆਵਾ ਕਿਸੇ ਸਰੀਰ ਚ ਤੂੰ ਲੜਦਾ ਪਿਆਵਾ ਕਿਸੇ ਸਰੀਰ ਦੇ ਵਿੱਚ ਤੂੰ ਕੁਝ ਕਰਦਾ ਪਿਆਵਾ ਹੁਣ ਮਹਾਰਾਜ ਅੰਦਰ ਦੀ ਗੱਲ ਕਰਦੇ ਨੇ ਤੇ ਬਾਹਰਲੀ ਚੀਜ਼ ਤੇ ਕਿਸੇ ਦੀ ਵੀ ਨਹੀਂ ਰਲਦੀ ਹਰੇਕ ਦਾ ਕਲਚਰ ਵੱਖਰਾ ਹੈ ਹਰੇਕ ਦੇ ਰੀਤੀ ਰਿਵਾਜ ਵੱਖਰੇ ਨੇ ਤਾਂ ਸੱਚੇ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਦੇ ਤਾਂ ਹੀ ਮੇਰੀ ਨਮਸਕਾਰ ਹੈ ਨਮੋ ਤਾਨ 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 ਕਹਿੰਦੇ ਆ ਜੇ ਸੁਰਾਂ ਦੀ ਉਰੋਹੀ ਤੇ ਅਵਰੋਹੀ ਨੂੰ ਇੱਕ ਸੁਰ ਤੋਂ ਉੱਪਰ ਨੂੰ ਜਾਣਾ ਫਿਰ ਉੱਪਰ ਤੋਂ ਥੱਲੇ ਨੂੰ ਆਉਣਾ ਜਾਂ ਸੰਗੀਤ ਅਨਸਾਰ ਜਿਸ ਮਾਤਰਾ ਤੋਂ ਤਾਲ ਆਰੰਭ ਹੋਵੇ ਉਹਨੂੰ ਸਾਮ ਕਹਿੰਦੇ ਨੇ ਗੁਰ ਕਹਿੰਦੇ ਨੇ ਤੇ ਤਾਨ ਕਹਿੰਦੇ ਨੇ ਉਹਦੇ ਤਿੰਨ ਨਾਮ ਸੰਗੀਤ ਮੁਤਾਬਿਕ ਦੱਸੇ ਗਏ ਨੇ ਜਾਂ ਇੱਕ ਮਹਾਂਪੁਰ ਸ਼ਰਤ ਲਿਖਦੇ ਨੇ ਵੀ ਥੋੜੇ ਸਮੇਂ 'ਚ ਅਦਕਸੁਰਾਂ ਨੂੰ ਗਾਇਆ ਜਾਵੇ ਵਜਾਇਆ ਜਾਵੇ ਉਹਨੂੰ ਵੀ ਤਾਨ ਕਹਿ ਦਿੰਦੇ ਨੇ ਏ ਅਕਾਲ ਪੁਰਖ ਜੀ ਨਮੋ ਤਾਨ ਤਾਨੇ ਆਪ ਰਾਗ ਦੀ ਤਾਨ ਦੇ ਵਿੱਚ ਤਾਨ ਰੂਪ ਜਿਹੜਾ ਰਾਗ ਰਾਗਾਂ ਦੀਆਂ ਤਾਨਾਂ ਸੁਣ ਕੇ ਆਨੰਦ ਆਉਂਦਾ ਨਾ ਜੜ ਚੀਜ਼ਾਂ 'ਚ ਆਨੰਦ ਕਿੱਥੋਂ ਆ ਜਾਣਾ ਸੀ ਉਹ ਆਨੰਦ ਉਹ ਰਾਸ ਤੁਸੀਂ ਕਿਉਂ ਜਿੱਥੇ ਪ੍ਰਮਾਤਮਾ ਹੋਊਗਾ ਉੱਥੇ ਰਾਸ ਹੋਵੇਗਾ ਜਾਂ ਫਿਰ ਉੱਥੇ ਜੀਵਨ ਹੋਵੇਗਾ ਜਿੱਥੇ ਪ੍ਰਮਾਤਮਾ ਨਹੀਂ ਉੱਥੇ ਬੇਰਸ ਹੋਵੇਗਾ ਤੇ ਜੀਵਨ ਵੀ ਨਹੀਂ ਹੋਵੇਗਾ ਤਾਂ ਮਾਰੇ ਸੱਚੇ ਪਾਤਸ਼ਾਹ ਵਰਮਾਉਂਦੇ ਨੇ ਵੀ ਜਿੱਥੇ ਵੀ ਆਤਮਾ ਬੈਠੀ ਹੈ ਚੇਤਨ ਬੈਠਾ ਹੈ ਤਾਂ ਜਿਹੜਾ ਤਾਨਾ ਰਾਗ ਦੀਆਂ ਤਾਨਾਂ ਦੇ ਵਿੱਚ ਜਿਹੜਾ ਰਸ ਆਣਾ ਸਵਾਦ ਉਹ ਰਸ ਉਹ ਤਾਨ ਰੂਪ ਕੌਣ ਹੈ ਉਹ ਵਾਹਿਗੁਰੂ ਪਰਮੇਸ਼ਰ ਕਿਉ ਗੁਰਬਾਣੀ ਕਹਿੰਦੀ ਆਪੇ ਤਾਨ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉਂ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉਂ ਹਰਪ੍ਰਭ ਅੰਮੇਰੇ ਪਾਇਆ ਇਹ ਕੋਰ ਅਰਥ ਵੀ ਕਰਦੇ ਨੇ ਸੰਤ ਨਮੋ ਤਾਨ ਤਾਨੇ ਇਹ ਅਕਾਲਪੁਰਖ ਵਾਹਿਗੁਰੂ ਜੀ ਤਾਨ ਦਾ ਅਰਥ ਹੁੰਦਾ ਬਲ ਤਾਕਤ ਤਾਨ ਬਲ ਵਾਲਿਆਂ ਦੇ ਵਿੱਚ ਤਾਨ ਨੰਨੇ ਦੇ ਨਾਲ ਬਲ ਸ਼ਕਤੀ ਸਰੂਪ ਨਵਾਸ ਹੋ ਕੇ ਵਰਤ ਰਿਆ ਜਿੰਨੇ ਵੀ ਬਲ ਵਾਲੇ ਨੇ ਉਹਨਾਂ ਵਿੱਚ ਬਲ ਰੂਪ ਤਾਨ ਰੂਪ ਤੁਸੀਂ ਹੋ ਕਿਉਂ ਜੇ ਵਿੱਚੋਂ ਰੂਹ ਨਿਕਲ ਗਈ ਨਾ ਆਤਮਾ ਨਿਕਲ ਗਈ ਚੇਤਨ ਨਿਕਲ ਗਿਆ ਰੱਬ ਨਿਕਲ ਗਿਆ ਤੇ ਇਹ ਸਰੀਰ ਮਿੱਟੀ ਦੀ ਢੇਰੀ ਤੇ ਕੁਝ ਸਵਾਹ ਰਹਿ ਜਾਣੀ ਹੋਰ ਕੁਝ ਵੀ ਨਹੀਂ ਇਹਦੇ ਚੋਂ ਨਿਕਲਦਾ ਆ ਬਲ ਵਾਲਿਆਂ ਦੇ ਵਿੱਚ ਬਲ ਰੂਪ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੀ ਕਹਿੰਦੇ ਨਾ ਆਪੇ ਹੀ ਬਲ ਆਪ ਹੈ ਪਿਆਰਾ ਉਹ ਵਾਹਿਗੁਰੂ ਆਪ ਹੀ ਬਲ ਰੂਪ ਐਸੇ ਵਾਹਿਗੁਰੂ ਦੇ ਤਾਂ ਹੀ ਮਾਰੇ ਕਹਿੰਦੇ ਨਮਸਕਾਰ ਹੈ ਇਹ ਅਕਰਥ ਹੋਰ ਵੀ ਕਰਦੇ ਨੇ ਉਹ ਕੌਣ ਕਰਦੇ ਨੇ ਆਪਣੇ ਵਿਦਿਆ ਮਾਰਤੰਡ ਪੰਥ ਰਤਨ શ્રીમાન ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਅਰਥ ਕੀ ਆ ਨਮੋ ਤਾਨ ਤਾਨੇ ਉਹ ਐ ਭਗਤ ਬਾਣੀ ਦੇ ਅਨੁਸਾਰ ਇਸ ਸੰਸਾਰ ਰੂਪ ਤਾਨ ਤਾਣੇ ਨੂੰ ਤਾਨੇ ਤਣ ਰਿਹਾ ਕਿਉਂ ਕਬੀਰ ਸਾਹਿਬ ਨੂੰ ਕਿਸੇ ਨੇ ਉੱਚੀ ਜਾਤ ਵਾਲੇ ਨੇ ਮਖੌਲ ਕਰਤਾ ਸੀ ਨਾ ਵੀ ਤੂੰ ਤੇ ਜਲਾਵਾ ਤੂੰ ਤੇ ਜਲਾਹਾ ਹੈ ਤੇ ਗੱਲਾਂ ਤੂੰ ਸੁਣਾਉਣਾ ਸਾਨੂੰ ਰੱਬ ਦੀਆਂ ਤੇ ਆਪਦੀ ਜਾਤ ਵੇਖ ਜਾ ਕੇ ਗੱਲਾਂ ਕਿੱਡੀਆਂ ਉੱਚੀਆਂ ਕਰਦਾ ਹੈ ਤੇ ਕਬੀਰ ਸਾਹਿਬ ਨੇ ਅੱਗੋਂ ਆਖਿਆ ਸੀ ਰੱਬ ਵੀ ਜਲਾਇਆ ਹੈ ਰੱਬ ਵੀ ਜਲਾਇਆ ਹੈ ਕਿਉਂ ਉਹਨੇ ਸਾਰਾ ਸੰਸਾਰ ਰੂਪ ਤਾਨ-ਤਾਣੇ ਨੂੰ ਤਣਿਆ ਹੋਇਆ ਹੈ ਇਹ ਸੰਸਾਰ ਕਿੰਨੇ ਬਣਾਇਆ ਪਰਮੇਸ਼ਰ ਨੇ ਵਾਹਿਗੁਰੂ ਜੀ ਤਾਂ ਜਿਵੇਂ ਭਗਤ ਬਾਣੀ ਦੇ ਵਿੱਚ ਆਉਂਦਾ ਨਾ ਆਸਾ ਸ੍ਰੀ ਕਬੀਰ ਜੀ ਕਾ ਕੋਰੀ ਕੋ ਮਰਮ ਕਾਹੂ ਨਾ ਜਾਂਦਾ ਸਭ जग ਆਨ ਤਨਾਇਓ ਤਾਨਾ ਤਾਂ ਮਹਾਂਪੁਰਸ਼ ਅਰਥ ਕਰਦੇ ਨੇ ਏ ਅਕਾਲ ਪੁਰਖ ਜੀ ਆਪ ਜੀ ਸੰਸਾਰ ਰੂਪ ਤਾਨਨੇ ਨੂੰ ਤਣ ਰਿਓ ਬੁਣ ਰਿਓ ਬਣਾ ਰਿਓ ਇਹ ਸੰਸਾਰ ਰੂਪੀ ਵਸਤਰ ਜਿਹੜਾ ਹੈ ਉਹ ਆਪ ਜੀ ਦਾ ਹੀ ਬਣਾਇਆ ਐ ਐਸੇ ਵਾਹਿਗੁਰੂ ਦੇ ਤਾਂ ਹੀ ਨਮਸਕਾਰ ਹੈ ਆਪ ਹੈਰਾਨ ਹੋਵੋਗੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਕਥਾ ਬੜੀ ਸੁਣੀ ਲਿਖੀ ਹੋਈ ਹੈ ਕਿ ਇੱਕ ਵਾਰੀ ਬ੍ਰਹਮਾ ਜੀ ਭਗਵਾਨ ਦੇ ਦਰਸ਼ਨ ਕਰਨ ਗਏ ਸਿੱਖਿਆ ਬੜੀ ਸੋਹਣੀ ਤੇ ਬ੍ਰਹਮਾ ਜੀ ਦੇ ਜਦੋਂ ਅੰਦਰ ਜਾਣਾ ਸੀ ਭਗਵਾਨ ਦੇ ਮਹਿਲ 'ਚ ਬੈਕੁੰਠ 'ਚ ਤਾਂ ਜਿਹੜਾ ਦਰਵਾਜ਼ੇ ਤੇ ਦਰਵਾਨ ਖਲੋਤਾ ਸੀ ਉਹਨੂੰ ਬ੍ਰਹਮਾ ਜੀ ਜਾ ਕੇ ਕਹਿੰਦੇ ਭਗਵਾਨ ਨੂੰ ਕਹੋ ਵੀ ਬ੍ਰਹਮਾ ਜੀ ਆਏ ਬ੍ਰਹਮਾ ਜੀ ਦੇ ਮਨ ਦੇ ਵਿੱਚ ਇਹ ਮਾਨ ਹੋ ਗਿਆ ਨਾ ਵੀ ਮੈਂ ਦੁਨੀਆ ਬਣਾਉਣਾ ਤੇ ਕਬੀਰ ਸਾਹਿਬ ਕੀ ਕਹਿੰਦੇ ਆ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗਾਨ ਤਨਾਇਓ ਤਾਨਾ ਬ੍ਰਹਮਾ ਜੀ ਦਾ ਇਰਾਦਾ ਸੀ ਭਗਵਾਨ ਜੀ ਦਾ ਇਰਾਦਾ ਸੀ ਕਿ ਮੈਂ ਬਣਾਉਣਾ ਹੁਣ ਭਗਵਾਨ ਬੜੇ ਕੌਤਕੀ ਨੇ ਹੋਇਆ ਕਿ ਵੀ ਅੰਦਰੋਂ ਭਗਵਾਨ ਦਰਵਾਜ਼ੇ ਵਾਲੇ ਦਰਵਾਨ ਨੂੰ ਕਹਿੰਦੇ ਸੇਵਾਦਾਰ ਨੂੰ ਕਹਿੰਦੇ ਵੀ ਜਾ ਕੇ ਉਹਨਾਂ ਨੂੰ ਪੁੱਛਿਓ ਵੀ ਕਿਹੜੇ ਬ੍ਰਹਿਮੰਡ ਦੇ ਬ੍ਰਹਮਾ ਹੋ ਜਾਂ ਸੌਖਾ ਜਿਆ ਕਰੀਏ ਵੀ ਕਿਹੜੇ ਧਰਤੀ ਦੇ ਬ੍ਰਹਮਾ ਹੋ ਇਸ ਬ੍ਰਹਿਮੰਡ ਚ ਦੇ ਕਰੋੜਾਂ ਧਰਤੀਆਂ ਨੇ ਉਹ ਜਦੋਂ ਨੌਕਰ ਨੇ ਸੇਵਾਦਾਰ ਨੇ ਜਾ ਕੇ ਆਖਿਆ ਜੀ ਭਗਵਾਨ ਪੁੱਛਦੇ ਆ ਵੀ ਕਿਹੜੀ ਧਰਤੀ ਦੇ ਬ੍ਰਹਮਾ ਹੋ ਬਸ ਇੰਨੇ ਜੀ ਕੰਮ ਹੋ ਗਿਆ ਨਿਕਲ ਗਈ ਫੂਕ ਸਾਰੀ ਉੱਥੇ ਹੀ ਇੰਨੇ ਜੀ ਹਰ ਜੂ ਅਹੰਕਾਰ ਨਾ ਭਾ ਬਾਈ ਅਹੰਕਾਰ ਨਾ ਭਾ ਬਾਈ ਵੇਦ ਕੂਕ ਸੜਾਵੇ ਇੱਥੇ ਤੇ ਕਰੋੜਾਂ ਬ੍ਰਹਿਮੰਡ ਇੱਕ ਦੂਜੇ ਨਾਲ ਜੁੜੇ ਨੇ ਆਏ ਤੇ ਸਾਇੰਸ ਵੀ ਮੰਨਣ ਲੱਗ ਪਈ ਤਾਂ ਉਹ ਅੱਗੇ ਉਹ ਉਲਟਾ ਉਹਨਾਂ ਨੇ ਸਵਾਲ ਕੀਤਾ ਠੰਡੇ ਹੋ ਗਏ ਕਹਿੰਦੇ ਜੀ ਹੋਰ ਵੀ ਬ੍ਰਹਮਾ ਹੈਗੇ ਆ ਉਹ ਫੇਰ ਅੰਦਰ ਗਿਆ ਭਗਵਾਨ ਉਹ ਪੁੱਛਦੇ ਨੇ ਵੀ ਹੋਰ ਵੀ ਹੈਗੇ ਆ ਤਾਂ ਭਗਵਾਨ ਕਹਿੰਦੇ ਲੈ ਆਉਣ ਅੰਦਰ ਤਾਂ ਉਹਨਾਂ ਨੂੰ ਫਿਰ ਦਿਖਾਇਆ ਗਿਆ ਚਾਰ ਮੂੰਹ ਤੋਂ ਲੈ ਕੇ 4000 ਤੱਕ ਵੀ ਬੈਠੇ 4000 ਮੂੰਹਾਂ ਵਾਲੇ ਵੀ ਬੈਠੇ ਜਿੰਨੇ ਗ੍ਰਹਿ ਉਨੇ ਹੀ ਬ੍ਰਹਮਾ ਉਹਨੂੰ ਰਚਨਾਲੇ ਬਣਾਉਣ ਵਾਲੇ ਇੰਜੀਨੀਅਰ ਬੈਠੇ ਨੇ ਸਰ ਤਾਂ ਮਹਾਰਾਏ ਕਹਿੰਦੇ ਪਰਮੇਸ਼ਰ ਦਾ ਅੰਤ ਕਿਸੇ ਨੇ ਨਹੀਂ ਪਾਇਆ ਕੋਰੀ ਕੋ ਕਾਹੂ ਮਰਮ ਨਾ ਜਾਣਾ ਸਭ जग ਆਨ ਤਨਾਇਓ ਤਾਨਾ ਐਸੇ ਵਾਹਿਗੁਰੂ ਦੇ ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਨਮੋ ਨਮਸਕਾਰ ਹੈ ਨਮੋ ਨਿਰਤ ਨ੍ਰਿਤੇ ਨ੍ਰਿਤ ਮੈਨੇ ਨੱਚਣਾ ਲੈ ਤਾਰ ਨਾਲ ਅੰਗਾਂ ਦੀ ਹਰਕਤ ਗੀਤ ਦੇ ਹਾ ਭਾਵ ਨੂੰ ਪ੍ਰਗਟ ਕਰਨਾ ਉਹ ਕੀ ਹੋ ਗਿਆ ਨ੍ਰਿਤ ਹੁਣ ਇੱਥੇ ਕਈ ਬੰਦੇ ਜਿਵੇਂ ਉਹ ਗੀਤ ਆਲੀ ਪੰਕਤੀ ਆਉਂਦੀ ਨਾ ਤੇ ਕੰਮ ਆਵਦਾ ਕੱਢਦੇ ਆ ਫਿਰ ਤੇ ਗੀਤ ਸੁਣਦੇ ਦੁਨਿਆਵੀ ਤੇ ਬਾਣੀ ਰੂਪੀ ਗੀਤ ਨਾ ਸੁਣਨਾ ਜਿਵੇਂ ਆਉਂਦਾ ਨਾ ਲਾਲ ਰੰਗ ਤਿਸ ਕੋ ਲੱਗਾ ਜਿਵੇਂ ਕਈਆਂ ਨੂੰ ਲਾਲ ਰੰਗ ਦੀ ਪੱਗ ਬਨਣ ਦਾ ਸ਼ੌਕ ਹੁੰਦਾ ਤੇ ਉਹਨਾਂ ਨੇ ਫਿਰ ਆਪਣੀ ਢਾਲ ਬਣਾਈ ਹੁੰਦੀ ਆ ਦਬਾ ਦਬ ਕੱਢ ਕੇ ਸੁਣਾ ਦਿੰਦੇ ਜੀ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਢ ਭਾਗਾ ਪਰ ਇੱਥੇ ਲਾਲ ਰੰਗ ਦੀ ਪੱਗ ਦਾ ਤੇ ਮਤਲਬ ਕੋਈ ਨਹੀਂ ਇੱਥੇ ਤੇ ਪ੍ਰੇਮ ਅਰਥ ਹੋਇਆ ਜਾਂ ਜੇ ਕਿਸੇ ਨੇ ਹੱਸਣਾ ਟੱਪਣਾ ਨੱਚਣਾ ਹੋਵੇ ਕੋਈ ਗੱਲ ਨਹੀਂ ਪਰ ਪੰਗਤੀ ਜਰੂਰ ਉਹਨਾਂ ਰੱਖੀ ਹੁੰਦੀ ਆ ਨੱਚਣ ਕੁੱਦਣ ਮਨ ਕਾ ਚਾਉ ਉਹ ਫਿਰ ਆਪਦੀ ਢਾਲ ਬਣਾਉਣੀ ਹੁੰਦੀ ਨੇ ਜੇ ਕਿਸੇ ਨੇ ਛਗਣਾ ਛਕਾਉਣਾ ਹੋਵੇ ਵੀ ਜਿਹੜੀ ਚੀਜ਼ ਆਉਂਦੀ ਬਸ ਆਉਣ ਦੇ ਉਹਨਾਂ ਵੀ ਇੱਕ ਪੰਗਤੀ ਰੱਖੀ ਹੁੰਦੀ ਪਤਾ ਨਾ ਆਪਜੀ ਨੂੰ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸਬਾਹੇ ਫਿਰ ਉਹ ਪਰਦੇ ਨੇ ਖਾਣਾ ਪੀਣਾ ਸਭ ਪਵਿੱਤਰ ਹੈ ਪਰ ਅਗਲੀ ਤੋਕਣੀ ਪਰਦੇ ਦੇ ਦਿੱਤੋਂ ਰਿਜਕ ਸਬਾਏ ਜਿਹੜਾ ਰੱਬ ਪਚਾਵੇ ਉਹ ਪਵਿੱਤਰ ਆ ਕਿ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਠੇਕੇ ਤੋਂ ਜਾ ਕੇ ਉਹ ਵੀ ਪਵਿੱਤਰ ਆ ਪੈਸੇ ਖਰਚ ਕੇ ਜਿਹੜਾ ਰੱਬ ਨੇ ਪਚਾਇਆ ਜਿਵੇਂ ਤੇਰੇ ਜੰਮਣ ਤੋਂ ਪਹਿਲਾਂ ਹੀ ਤੇਰੀ ਮਾਂ ਦੀ ਛਾਤੀ 'ਚ ਦੁੱਧ ਰੱਬ ਨੇ ਲਾਤਾ ਜਿਹੜਾ ਰੱਬ ਨੇ ਪਚਾਇਆ ਉਹ ਪਵਿੱਤਰ ਸੀ ਕਿ ਆਪਣੇ ਆਲਾ ਪਵਿੱਤਰ ਅਗਲੀ ਪੰਕਤੀ ਨਹੀਂ ਉਹ ਨਹੀਂ ਉਹ ਆਪਣੇ ਮਤਲਬ ਦੀ ਨਹੀਂ ਇੰਨੀ ਕੀ ਬੜੀ ਆ ਖਾਣਾ ਪੀਣਾ ਪਵਿੱਤਰ ਹੈ ਸਭ ਪਵਿੱਤਰ ਹੈ ਅਗਲੀ ਨਹੀਂ ਪੜੀ ਦਿੰਦੀ ਉਹ ਸਾਡੇ ਮਤਲਬ ਦੀ ਨਹੀਂ ਇਦਾਂ ਕਈ ਜਾਣੇ ਫਿਰ ਇਹ ਪੰਕਤੀਆਂ ਲੈ ਕੇ ਵੀ ਨਮੋ ਨ੍ਰਿਤ ਨ੍ਰਿਤ ਉਹ ਫਿਰ ਆਪਣੇ ਹਿਸਾਬ ਦਾ ਅਰਥ ਕੱਢਦੇ ਨੇ ਜਿਵੇਂ ਨੱਚਣ ਕੁੱਦਣ ਮਨ ਕਾ ਚਾਉ ਆਪਦੇ ਹਿਸਾਬ ਦੇ ਅਰਥ ਕਰ ਲੈਂਦੇ ਹੁਣ ਮਹਾਰਾਜ ਕਹਿੰਦੇ ਆ ਜਿਹੜਾ ਨ੍ਰਿਤ ਦੇ ਵਿੱਚ ਨ੍ਰਿਤ ਰੂਪ ਨਿਰਤ ਦੇ ਵਿੱਚ ਕੀ ਹੁੰਦਾ ਹੈ ਹੱਥ ਪੈਰ ਹਿਲਦੇ ਨੇ ਗੀਤਾਂ ਦੇ ਹਾ ਭਾਵ ਅਨਸਾਰ ਹੱਥ ਪੈਰ ਹਲਾ ਕੇ ਹਾ ਭਾਵ ਪ੍ਰਗਟ ਕਰਦੇ ਇਹ ਵੀ ਨਿਰਤ ਹੈ ਤੇ ਨਿਰਤਿਕ ਪਾਠ ਵੀ ਮੰਨਿਆ ਗਿਆ ਹੈ ਚਾਰਾਂ ਵੇਤਾਂ ਦੇ ਵਿੱਚੋਂ ਮੇਰੇ ਖਿਆਲ ਨਾਲ ਜੇ ਭਲੇਖਾ ਨਾ ਖਾਵੇ ਦਾ ਸਾਮਵੇਦ ਉਹ ਜਦੋਂ ਪੜੀਦਾ ਨਾ ਸਾਮਵੇਦ ਉਹਦੋਂ ਬੋਲੀਦਾ ਨਹੀਂ ਆ ਉਹਦੋਂ ਹੱਥਾਂ ਨੂੰ ਉੱਤੇ ਥੱਲੇ ਕਰੀਦਾ ਨਰਤਧਾਰਤ ਜਦੋਂ वेदपाਠੀ ਸ਼ਾਮवेद ਦਾ ਪਾਠ ਕਰੇ ਜੇ ਭਲੇਖਾ ਨਾ ਖਾਵਾਂ ਚਾਰਾਂ ਵੇਦਾਂ ਚੋਂ ਇੱਕ ਵੇਦ ਉਹਦੇ ਨਾਲ ਹੱਥਾਂ ਦੇ ਹਾ ਪਾਵ ਕਰਨੇ ਨੇ ਹੁਣ ਉਹ ਵੀ ਹੈ ਪਰ ਉਧਰ ਕਿਸੇ ਦਾ ਧਿਆਨ ਨਹੀਂ ਆ ਨਚਣ ਟੱਪਣ ਵਾਲੇ ਨ੍ਰਿਤਾਲ ਸਾਰਿਆਂ ਦਾ ਧਿਆਰ ਹੈ ਤਾਂ ਨਮੋ ਨ੍ਰਿਤ ਨ੍ਰਿਤੇ ਜੇ ਹੋਰ ਵੀ ਦੇਖਿਆ ਜਾਵੇ ਤਾਂ ਸੰਤਾਂ ਨੇ ਸੁਰਤੇ ਮਾਹੇ ਜੋ ਨਿਰਨੇ ਕਰਤੇ ਨਿਰਤ ਦਾ ਅਰਥ ਨਿਰਨਾਵੀ ਵਿਚਾਰ ਕਰਨੀ ਕਿਸੇ ਗੱਲ ਦਾ ਤਾਤ ਪਰਜ ਕੱਢਣਾ ਨਿਚੋੜ ਕੱਢਣਾ ਕਿਸੇ ਵਿਚਾਰ ਦੇ ਅੰਤ ਤੱਕ ਜਾਣਾ ਉਹਨੂੰ ਵੀ ਨਿਰਤ ਕਹਿ ਦਿੰਦੇ ਤਾਂ ਨਮੋ ਨਿਰਤ ਨ੍ਰਿਤੇ ਹੈ ਵਾਹਿਗੁਰੂ ਨ੍ਰਿਤਕਾਰੀ ਜੇ ਪਹਿਲਾ ਅਰਥ ਹੀ ਰੱਖੀਏ ਸਿੰਪਲ ਵੀ ਨੱਚਣ ਵਾਲੇ ਨੱਚਣ ਦੀ ਕਿਰਿਆ ਵਿੱਚ ਨਿਰਤ ਰੂਪ ਕਿਉਂਕਿ ਇਹ ਹੱਥ ਪੈਰ ਕਿਹਦੇ ਆਸਰੇ ਹਿਲਦੇ ਆ ਇਹ ਜਵਾਨ ਕਿਹਦੇ ਆਸਰੇ ਬੋਲਦੀ ਐ ਅੱਖਾਂ ਕਿਹਦੇ ਆਸਰੇ ਦੇਖਦੀਆਂ ਨੇ ਤੇਰੇ ਹੱਥ ਪੈਰ ਕਿਹਦੇ ਆਸਰੇ ਹਿੱਲਣਗੇ ਉਹ ਜਿਹੜਾ ਨ੍ਰਿਤ ਦਾ ਨ੍ਰਿਤ ਰੂਪ ਹੈ ਉਸ ਦੇ ਤਾਂ ਹੀ ਨਮਸਕਾਰ ਹੈ ਜੀ ਦੇ ਕਰਕੇ ਹੱਥ ਪੈਰ ਹਿੱਲਦੇ ਪਏ ਕਹੂੰ ਨ੍ਰਿਤ ਵਿਦਿਆ ਕਹੂੰ 나ਗਵਾਨੀ ਕਹੂੰ ਗਾਰੜੂ ਗੂੜ ਕਥਕ ਹਾਦੀ ਦਸਵੇਂ ਪਾਤਸ਼ਾਹ ਨੇ ਤੇ ਇਦਾਂ ਦੀਆਂ ਪੰਕਤੀਆਂ ਬਹੁਤ ਲਿਖੀਆਂ ਨੇ ਕਮਾਲ ਦੀਆਂ ਕਹੂੰ ਗੀਤ ਕੇ ਗਵਈਆ ਮਾਰੇ ਕਹਿੰਦੇ ਗੀਤ ਗਾਉਣ ਵਾਲਾ ਵੀ ਤੂੰ ਹੀ ਕਹੂੰ ਬੇਨ ਕੇ ਵਜਈਆ ਸੰਤ ਜਿਹੜੇ ਹੁੰਦੇ ਨੇ ਸਭਨਾ ਦਾ ਭਲਾ ਕਰਦੇ ਕੋਈ ਆਜੇ ਇਹਨਾਂ ਕੋਲ ਹਰੇਕ ਦਾ ਇਹ ਭਲਾ ਮਨਾਉਂਦੇ ਆ ਮਹਾਤਮਾ ਕਿਸੇ ਦਾ ਬੁਰਾ ਨਹੀਂ ਕਰਦੇ ਜਿਹੜੇ ਸ਼੍ਰੀਮਾਨ ਸੰਤ ਬਾਹਰ ਨਾਮ ਸਿੰਘ ਜੀ ਸੀ ਨਾ ਡੇਰਾ ਰੂਮੀ ਪੁੱਚੋ ਕਲਾਂ ਵਾਲੇ ਬਠਿੰਡੇ ਦੇ ਵਿੱਚ ਇਧਰ ਦੇ ਇਲਾਕੇ 'ਚ ਸ਼੍ਰੀਮਾਨ ਸੰਤ ਬਾਬਾ ਨਾਨਦ ਸਿੰਘ ਜੀ ਦੇ ਜਿਹੜੇ ਮੁਰਸ਼ਿਦ ਸਨ ਗੁਰਦੇਵ ਸਨ ਉਹਨਾਂ ਪਾਸ ਇੱਕ ਗੀਤਕਾਰ ਚਲੇ ਗਿਆ ਹੁਣ ਪੁਰਾਣੇ ਜਿਹੜੇ ਗੀਤ ਹੁੰਦੇ ਸੀ ਉਹ ਇਦਾਂ ਦੇ ਨਹੀਂ ਹੁੰਦੇ ਸੀ ਜਿੰਨਾ ਗੰਦ ਅੱਜ ਪੱਕਦੇ ਆ ਇਦਾਂ ਦੀ ਗੱਲ ਨਹੀਂ ਸੀ ਹੁੰਦੀ ਪਹਿਲਾਂ ਗੀਤਾਂ ਗੀਤਾਂ ਦੇ ਵਿੱਚ ਵੀ ਫਰਕ ਹੈ ਉਹ ਬੜੇ ਸਿੱਖਿਆਦਾਇਕ ਹੁੰਦੇ ਸੀ ਤੇ ਤੁਸੀਂ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਆਪਾਂ ਸ਼ਬਦ ਪੜ੍ਹਦੇ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਈ ਦਸ਼ਮ ਦੇ ਸਰੂਪਾਂ ਵਿੱਚ ਇਹਦੇ ਉੱਤੇ ਸਰਲੇਖ ਗੀਤ ਆਵੇਗਾ ਤਾਂ ਵਾਹਿਗੁਰੂ ਦੀ ਉਸਤਤ ਵੀ ਗੀਤ ਹੈ ਜਿਵੇਂ ਸੰਸਕ੍ਰਿਤ ਦੇ ਵਿੱਚ ਜਿਹੜੇ ਭਗਵਾਨ ਦੇ ਬੋਲ ਨੇ ਉਹਨੂੰ ਕੀ ਕਹਿ ਦਿੱਤਾ ਅਰਜਨ ਨੂੰ ਦਿੱਤੇ ਗੀਤ ਗੀਤਾ ਉਹ ਗੀਤਾ ਵਾ ਗੀਤ ਨੇ ब्रह्म ज्ञान ਦਾ ਉਪਦੇਸ਼ ਲੋਕ ਜਾਣੈ ਇਹੋ ਗੀਤ ਐ ਤੋਂ ਬ੍ਰह्म ਵਿਚਾਰ ਤਾਂ ਉਹ ਸੰਤ ਉਹਨਾਂ ਨੂੰ ਆਣ ਕੇ ਇੱਕ ਗੀਤਕਾਰ ਜਿਹੜਾ ਗਾਉਂਦਾ ਹੁੰਦਾ ਸੀ ਨਾ ਸਟੇਜਾਂ ਤੇ ਉਹਨੇ ਤੂੰ ਵੀ ਜੀ ਚੁੱਕੀ ਫਿਰਦੀ ਤੇ ਬਾਬਾ ਜੀ ਨੂੰ ਆਣ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਤੇ ਸੁਣਦਾ ਹੀ ਕੋਈ ਨਹੀਂ ਆ ਨਾ ਰੁਪਈਆ ਚੜਦਾ ਨਾ ਕੋਈ ਪੈਸਾ ਚੜਦਾ ਮੇਰੀ ਰੋਟੀ ਕਿੱਦਾਂ ਚੱਲੂਗੀ ਹੁਣ ਮਹਾਤਮਾ ਤੇ ਸਾਰਿਆਂ ਦਾ ਹੀ ਭਲਾ ਕਰਦੇ ਕੋਈ ਆਜੇ ਸੰਤ ਕਹਿੰਦੇ ਜਦੋਂ ਗਉਣਾ ਨਾ ਨਾ ਖੁਬ ਕੇ ਗਾਇਆ ਕਰ ਅੱਜ ਕੱਲ ਵਰਗੇ ਗੀਤ ਨਹੀਂ ਪੁਰਾਣੇ ਸਮੇਂ ਦੀਆਂ ਗੱਲਾਂ ਗੱਲਾਂ ਨੇ ਰਾਸਾਂ ਪੈਂਦੀਆਂ ਨੇ ਖੁਬ ਕੇ ਗਾਇਆ ਕਰ ਤੇ ਭੁੱਲ ਜਾ ਕਰ ਵੀ ਕਿੱਥੇ ਬੈਠਾ ਵਾਂ ਕਿੱਥੇ ਖਲੋਤਾ ਵਾਂ ਜਦੋਂ ਸਟੇਜ ਤੇ ਚੜ ਕੇ ਗਾਉਣ ਲੱਗਾ ਭੁੱਲ ਜਾ ਕਰ ਵੀ ਕਿੱਥੇ ਖਲੋਤਾ ਵਾਂ ਜਦੋਂ ਤੂੰ ਭੁੱਲਣ ਲੱਗ ਪਏਂਗਾ ਨਾ ਆਪਣੇ ਆਪ ਨੂੰ ਗਾਉਂਦਾ ਗਾਉਂਦਾ ਉਸ ਦਿਨ ਤੈਨੂੰ ਅੱਗੇ ਸੁਣਨ ਵਾਲੇ ਵੀ ਭੁੱਲਣ ਲੱਗ ਪੈਣਗੇ ਕਿ ਕਿੱਥੇ ਬੈਠੇ ਆਂ ਕਦੋਂ ਦੇ ਬੈਠੇ ਆਂ ਬੜਾ ਖੁਸ਼ ਹੋਇਆ ਕਹਿੰਦਾ ਮੈਂ ਤੇ ਸੋਚਦਾ ਸੀ ਵੀ ਤੁਸੀਂ ਮੈਨੂੰ ਉਹੀ ਭਜਾ ਦੇਣਾ ਵਾ ਵੀ ਸਾਨੂੰ ਹੋਰ ਕੋਈ ਕੰਮ ਨਹੀਂ ਹੋਣਾ ਮੈਂ ਤੈਨੂੰ ਦਸੀਏ ਵੀ ਕਿਦਾਂ ਗਾਈਦਾ ਵਾ ਵੀ ਮੈਂ ਇਹ ਕੰਮ ਕਰਦਾ ਰਿਹਾ ਕਿ ਰੱਬ ਦੀ ਬੰਦਗੀ ਕਰਦਾ ਰਿਹਾ ਪਰ ਸੰਤ ਤੇ ਸਾਰਿਆਂ ਦਾ ਹੀ ਭਲਾ ਕਰਦੇ ਆ ਹੁਣ ਇਹਦਾ ਜੇ ਨਿਚੋੜ ਕੱਢੀਏ ਰੱਬ ਵਾਲੇ ਪਾਸੇ ਲਾਈਏ ਤਾਂ ਪਾਠ ਕਰਦੇ ਆ ਸਾਨੂੰ ਘੜੀ ਨਹੀਂ ਭੁੱਲਦੀ ਕੀਰਤਨ ਕਰਦੇ ਆ ਅਸੀਂ ਘੜੀ ਸਾਹਮਣੇ ਰੱਖਾਉਣੀ ਹੁੰਦੀ ਆ ਵੀ ਜੇ 5 10 ਮਿੰਟ ਉੱਤੇ ਥੱਲੇ ਹੋ ਜੇ ਤੇ ਅਗਲਾ ਕਥਾਵਾਚਕ ਅਗਲਾ ਰਾਗੀ ਜਾਂ ਅਗਲਾ ਪਾਠੀ ਤੇ ਇਦਾਂ ਵੇਖੀਦਾ ਮਹਾਰਾਜ ਦੀ ਤਾਬਿਆ ਬੈਠਾ ਵੀ ਇਹਦੀ ਜਾਨ ਕੱਢਦਾ ਫੜ ਕੇ ਆਵੇ ਸਹੀ ਮੇਰੇ ਹੱਥ 'ਚ ਰੱਬ ਦੇ ਨਾਮ ਨੂੰ ਗਾਉਣਾ ਤੇ ਭੁੱਲ ਜਾਣਾ ਆਪਣੇ ਆਪ ਨੂੰ ਇਹ ਅਸਲੀ ਭਗਤੀ ਬਣ ਜਾਂਦੀ ਹੈ ਬੰਦਗੀ ਬਣ ਜਾਂਦੀ ਮਹਾਰਾਜ ਕਹਿੰਦੇ ਕਹੂੰ ਗੀਤ ਕੇ ਗੁਵਈਆ ਕਹੂੰ ਬੀਨ ਕੇ ਵਜਈਆ ਕਹੂੰ ਨ੍ਰਿਤ ਕੇ ਨਚਈਆ ਕਹੂੰ ਨਰਕੋਕਾਰਹ ਸਤਿਗੁਰੂ ਜੀ ਦੀ ਬਾਣੀ ਭਰੀ ਪਈ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦਾ RAM ਕੋ ਨ੍ਰਿਤਕਾਰੀ ਪੇਖੇ ਪੇਖਨ ਹਾਰ ਦੇ ਆਲਾ ਜੀਤੇ ਸਾਜ 시ਗਾਰੀ ਇਹ ਸਾਰੀ RAM ਦੀ ਨ੍ਰਿਤਕਾਰੀ ਹੈ ਇਹ ਵਾਹਿਗੁਰੂ ਦੀ ਨ੍ਰਿਤਕਾਰੀ ਹੈ ਚਲੋ ਜੇ ਫੇਰ ਵੀ ਕੋਈ ਜੇਦ ਕਰੇ ਨਾ ਤੇ ਫਿਰ ਬਾਣੀ ਪੜ ਲਿਓ ਕਿਤੇ ਮਾਇਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਇਹ ਵੀ ਇਹ ਅਰਥ ਹੈ ਜਿਹੜਾ ਪੈਸੇ ਪਿੱਛੇ ਭੱਜੇ ਫਿਰਦਾ ਨਾ ਸਾਰੀ ਦਿਹਾੜੀ ਰਾਤ ਦਿਨ ਇਹ ਪੈਸੇ ਪਿੱਛੇ ਨੱਚਣਾ ਵਾ ਸੱਜਣਾ ਨੱਚਦੇ ਸਾਰੇ ਪਏ ਤਾਂ ਇਹਦੇ ਬੜੇ ਅਰਥ ਕੀਤੇ ਨੇ ਬਾਣੀ ਨੇ ਇਹ ਜਿਹੜਾ ਨਿਰਤ ਸ਼ਬਦ ਆ ਨਾ ਨਮੋ ਨ੍ਰਿਤ ਨ੍ਰਿਤ ਇਹਦੇ ਬੜੇ-ਬੜੇ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ ਗੁਰਬਾਣੀ ਨੇ ਕੀਤੇ ਨੇ ਤੇ ਅਸਲੀ ਇਹਦਾ ਭਾਵ ਕੀ ਆ ਵੀ ਜਿਹੜਾ ਸਾਡਾ ਸਰੀਰ ਹੈ ਇਹ ਕਿਹਦੀ ਸ਼ਕਤੀ ਤੇ ਹਰਕਤ ਕਰਦਾ ਵਾ ਜਿਹੜੀ ਸ਼ਕਤੀ ਦੇ ਉੱਤੇ ਇਹ ਹਰਕਤ ਕਰਦਾ ਪਿਆ ਹੈ ਉਹਨੂੰ ਦੇਖਣਾ ਜਿਵੇਂ ਭਾਈ ਗੁਰਦਾਸ ਸਾਹਿਬ ਬਾਰੇ ਸੱਚੇ ਪਾਤਸ਼ਾਹ ਕਹਿੰਦੇ ਨਾ ਸੂਤ ਹੈ ਕਪਾਹ ਤੋਂ ਸੂਤ ਬਣਿਆ ਉਤੋਂ ਤਾਣਾ ਪੇਟਾ ਤਾਣੇ ਪੇਟੇ ਤੋਂ ਕਪੜਾ ਹੁਣ ਜਦੋਂ ਉਹ ਕਪੜਾ ਬਣ ਗਿਆ ਤੇ ਉਹਦੇ ਕਈ ਨਾਂ ਹੋ ਗਏ ਖਾਸਾ ਮਲਮਲ ਸਰੀ ਸਾਫ ਤਨ ਸੁਖ ਮਾਨੂੰ ਭੌਣ ਵਾਲਾ ਪਰ ਸਿਆਣੇ ਬੰਦੇ ਨੂੰ ਪਤਾ ਹੈ ਵੀ ਵਿੱਚ ਕਪੜਾ ਹੀ ਆਪਣੇ ਕੀ ਹੈ ਸੂ ਆਪਣੇ ਕਪਾਹ ਹੀ ਹੈ ਹੁਣ ਕਪਾਹ ਤੋਂ ਸੂਤ ਸੂਤ ਤੋਂ ਤਾਣਾ ਪੇਟਾ ਬਸਤਰ ਬਣ ਗਿਆ ਬਸਤਰ ਤੋਂ ਕਿੰਨੇ ਨਾ ਹੋ ਗਏ ਪੱਗ ਦੁਪੱਟਾ ਚੋਲਾ ਪਟਕਾ ਪਰਵਾਣਾ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨਾ ਖਾਸਾ ਮਲਮਲ ਸ੍ਰੀ ਸਾਹਿਬ ਤਨ ਸੁਖ ਮਨ ਪਾਣਾ ਪੱਗ ਦੁਪੱਟਾ ਚੋਲਣਾ ਪਟਕਾ ਪਰਵਾਣਾ ਪਰ ਸਿਆਣੇ ਬੰਦੇ ਨੂੰ ਪਤਾ ਵਾ ਕੀ ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ ਇਹਦੇ ਵਿੱਚ ਜਿੰਨੀ ਯਾਤਰਾ ਇੱਕ ਪਾਦੀ ਆ ਕਪਾਈ ਵਰਤਦੀ ਪਈ ਆ ਇਦਾਂ ਹੀ ਗੁਰੂ ਕੇ ਪਿਆਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਸੂਤ ਦਾ ਦ੍ਰਿਸ਼ਟਾਂਤ ਕਿ ਵਾਹਿਗੁਰੂ ਹੀ ਸਾਰੇ ਸਰੀਰਾਂ ਵਿੱਚ ਵਰਤਦਾ ਪਿਆ ਹੈ ਜਾਂ ਦੂਸਰੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਗੰਨਾ ਕੋਲੂ ਦੇ ਵਿੱਚ ਪੀੜਿਆ ਗਿਆ ਹੁਣ ਕਿਸੇ ਨੇ ਤੇ ਉਹਦਾ ਗੁੜ ਬਣਾਇਆ ਰੂੜੀਆਂ ਬਣਾਈਆਂ ਕਿਸੇ ਨੇ ਸ਼ੱਕਰ ਬਣਾ ਲਈ ਕਿਸੇ ਨੇ ਉਹਦੀ ਖੰਡ ਬਣਾਈ ਫਿਰ ਅੱਗੇ ਕਲੀਕੰਦ ਫਿਰ ਉਹ ਮਠਿਆਈ ਦੇ ਵਿੱਚ ਪਿਆ ਤਾਂ ਇਹ ਜਿੰਨੀ ਯਾਤਰਾ ਹੈ ਇਹ ਸਾਰੀ ਗੰਨੇ ਦੀ ਹੈ ਹੁਣ ਨਾਮ ਕਿੰਨੇ ਬਣ ਗਏ ਗੋੜ ਸ਼ੱਕਰ ਮਿਸ਼ਰੀ ਕਲੀਕੰਦ ਮਠਿਆਈ ਮਿੱਠਾ ਪਰ ਗੁਰਮਖ ਕੀ ਜਾਣਦਾ ਆਪੇ ਆਪ ਵਰਤਦਾ ਗੁਰਮਖ ਸੁਖਾਲਾ ਇਹ ਸਾਰੀ ਯਾਤਰਾ ਗੰਨੇ ਦੀ ਹੈ ਇਦਾਂ ਵਾਹਿਗੁਰੂ ਹੀ ਸਾਰੇ ਸਰੀਰਾਂ ਵਿੱਚ ਵਰਤਦਾ ਪਿਆ ਕਿਤੇ ਕੋਈ ਨਾਮ ਹੈ ਕਿਤੇ ਕੋਈ ਨਾਮ ਹੈ ਚਲੋ ਇੱਥੇ ਹੁਣ ਸਮਾਂ ਕਾਫੀ ਇਸ ਤੋਕਤੇ ਹੋਈ ਜਾਂਦਾ ਨ੍ਰਿਤ ਦੇ ਵਿੱਚ ਵੀ ਨ੍ਰਿਤ ਰੂਪ ਚੰਦਰਮਾ ਦੇ ਵਿੱਚ ਵੀ ਚੰਦਰਮਾ ਰੂਪ ਸੂਰਜ ਦੇ ਵਿੱਚ ਵੀ ਸੂਰਜ ਰੂਪ ਨਮੋ ਨਾਦ ਨਾਦੇ ਨਾਦ ਦਾ ਵਿਦਵਾਨਾਂ ਨੇ ਅਰਥ ਕੀਤਾ ਸ਼ਬਦ ਤੇ ਧੁਨੀ ਧੁਨ ਤੇ ਸ਼ਬਦ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਨਾਦ ਦੇ ਮੁੱਖ ਦੋ ਭੇਦ ਮੰਨੇ ਨੇ ਇੱਕ ਧੁਨੀ ਰੂਪ ਜਿਵੇਂ ਘੰਟੇ ਦੀ ਆਵਾਜ਼ ਨਗਾਰੇ ਦੀ ਆਵਾਜ਼ ਤੇ ਦੂਸਰਾ ਉਹਨਾਂ ਨੇ ਮੰਨਿਆ ਵਰਣ ਰੂਪ ਜਿਵੇਂ ਬੰਦੇ ਦੀ ਬੋਲੀ ਏ ਅਕਾਲ ਪੁਰਖ ਜੀ ਜੇ ਨਾਦ ਦਾ ਅਰਥ ਕਰੀਏ ਸ਼ਬਦ ਤਾਂ ਤੂੰ ਨਾਦ ਸ਼ਬਦ ਵਿੱਚ ਨਾਦੇ ਸ਼ਬਦ ਰੂਪ ਹੈ ਤੈਨੂੰ ਮੇਰੀ ਨਮਸਕਾਰ ਹੈ ਵਿਦਵਾਨਾਂ ਨੇ ਸ਼ਬਦ ਦੀਆਂ ਬਿਰਤੀਆਂ ਮੰਨੀਆਂ ਨਾ ਜਿਵੇਂ ਲਕਸ਼ਣਾ ਬਿਰਤੀ ਹੈ ਉਹਦੇ ਵੀ ਕਈ ਭੇਦ ਨੇ ਜਹਿਤੀ ਅਜਹਿਤੀ ਤਾਂ ਸ਼ਬਦ ਦੀ ਉਹ ਸ਼ਕਤੀ ਜਿਹੜੀ ਸ਼ਬਦ ਦਾ ਗਿਆਨ ਕਰਾਉਂਦੀ ਜਿਵੇਂ ਪਾਣੀ ਕਿਹਾ ਸਾਨੂੰ ਪਾਣੀ ਦਾ ਗਿਆਨ ਹੋ ਜਾਂਦਾ ਹੈ ਰੋਟੀ ਕਿयां ਸਾਨੂੰ ਰੋਟੀ ਦਾ ਗਿਆਨ ਹੋ ਜਾਂਦਾ ਇਹ ਸ਼ਬਦ ਦੇ ਵਿੱਚ ਸ਼ਬਦ ਦੀ ਸ਼ਕਤੀ ਤਾਂ ਜਿਹੜੀ ਵਸਤੂ ਸ਼ਬਦ ਦੇ ਵਿੱਚ ਬੈਠੀ ਸ਼ਬਦ ਦਾ ਅਸਰ ਪਾਉਂਦੀ ਪਈ ਆ ਉਹ ਕੌਣ ਹੈ ਵਾਹਿਗੁਰੂ ਹੈ ਦੇਖੋ ਕਿੰਨੀ ਬਰੀਕ ਨਿਗਾਹ ਹੋਊਗੀ ਦਸਵੇਂ ਪਾਤਸ਼ਾਹ ਦੀ ਜੇ ਇਸ ਸ਼ਬਦ ਦੇ ਵਿੱਚ ਵਾਹਿਗੁਰੂ ਬੈਠਾ ਉਹਦਾ ਤੇ ਅਸਰ ਪਵੇਗਾ ਉਹ ਤਾਂ ਜੀਵਨ ਪਲਟ ਦੇਗਾ ਬਦਲ ਦੇਗਾ ਤੇ ਇਹ ਫੋਕੇ ਸ਼ਬਦ ਕੀ ਦੁਨੀਆਵੀ ਸ਼ਬਦ ਇਹ ਤਾਂ ਕੱਚੀ ਬਾਣੀ ਆ ਸਾਰੇ ਇਹਨਾਂ ਦਾ ਕੀ ਐਵੇਂ ਗੀਤ ਗਾਣੇ ਜੇ ਸਵਾਦ ਜੇ ਹੈਗੇ ਇੱਕ ਵਾਰੀ ਸੁਣੇ ਦੋ ਵਾਰੀ ਸੁਣੇ ਬਾਅਦ ਚ ਫਿੱਕੇ ਲੱਗਣ ਲੱਗ ਪੈਂਦੇ ਫਿਰ ਹੋਰ ਕੋਈ ਖਾਓ ਹੋਰ ਕੋ ਸੁਣੋ ਹੋਰ ਕੋ ਪੀਓ ਤਾਂ ਸ਼ਬਦ ਦੇ ਵਿੱਚ ਕੌਣ ਉਹ ਸ਼ਬਦ ਸ਼ਕਤੀ ਬੈਠੀ ਆ ਜਿਹੜੀ ਅਸਰ ਕਰਦੀ ਆ ਜੀਵਨ ਹੀ ਬਦਲ ਦਿੰਦੀ ਆ ਕਬੀਰ ਸਤਗੁਰ ਸੂਰਮੈ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇ ਜੇ ਸ਼ੇਖ ਜੀਵਨ ਹੀ ਬਦਲਦਾ ਇਹ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾਂ ਤਾਂ ਨਾਦ ਸ਼ਬਦ ਦੇ ਵਿੱਚ ਸ਼ਬਦ ਰੂਪ ਉਹ ਸ਼ਕਤੀ ਰੂਪ ਪਰਮੇਸ਼ਰ ਵਾਹਿਗੁਰੂ ਜੀ ਦੇ ਤਾਂ ਹੀ ਨਮੋ ਨਮਸਕਾਰ ਹੈ ਜਾਂ ਫਿਰ ਨਾਦ ਮੈਨੇ ਧੁਨੀ ਰੂਪ ਜਿਵੇਂ ਨਗਾਰਿਆਂ ਦੀਆਂ ਧੁਨੀਆਂ ਨੇ ਸ਼ੰਖਾਂ ਦੀਆਂ ਧੁਨੀਆਂ ਨੇ ਏ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਜਿਹੜੇ ਤੇਰੇ ਭਗਤ ਜਨ ਨੇ ਉਹ ਤੇਰੇ ਗੁਣਾ ਨੂੰ ਰਾਗ ਦੀ ਨਾਦ ਮੈਨੇ ਧੁਨ ਦੇ ਵਿੱਚ ਪਾ ਕੇ ਰਾਗ ਦੀ ਨਾਦ ਧੁਨ ਦੇ ਵਿੱਚ ਪਾ ਕੇ ਨਾਦੇ ਆਲਾਪ ਕਰਦੇ ਆਲਾਪ ਚਾਰੀ ਕਰਦੇ ਨੇ ਤੇਰੇ ਗੁਣਾ ਨੂੰ ਸੰਗੀਤ ਵਿੱਚ ਪਾ ਕੇ ਉਹ ਗਾਉਂਦੇ ਨੇ ਇਸ ਕਰਕੇ ਮਹਾਰਾਜ ਨੇ ਦੇਖੋ ਕੀਰਤਨ ਦੀ ਕਿੱਡੀ ਵੱਡੀ ਮਹਿਮਾ ਕਥਨ ਕੀਤੀ ਸਤਿਗੁਰੂ ਕੀ ਕਹਿੰਦੇ ਨੇ ਕਾਲੀ ਯੁਗ ਮੈਂ ਹੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਮੋ ਨਾਦ ਨਾਦੇ ਤੇਰੇ ਭਗਤ ਤੇਰੇ ਸੰਤ ਨਾਦ ਮੈਨੇ ਰਾਗ ਦੀ ਧੁਨ ਵਿੱਚ ਉਹਨੂੰ ਪਾ ਕੇ ਨਾਦੇ ਆਲਾਪਦੇ ਆ ਗਾਉਂਦੇ ਆ ਤੇਰੀ ਉਸਤਤ ਕਰਦੇ ਹਨ ਐਸੇ ਵਾਹਿਗੁਰੂ ਤਾਈਂ ਨਮਸਕਾਰ ਹੈ ਜਿਹੜਾ ਨਾਦ ਦਾ ਵੀ ਨਾਦਰੂਪ ਨਮੋ ਪਾਨ ਪਾਨੇ ਪਾਨ ਸ਼ਬਦ ਦੇ ਬਹੁਤ ਜ਼ਿਆਦਾ ਅਰਥ ਨੇ ਉਹਦੇ ਵਿੱਚੋਂ ਆਪਾਂ ਕੁਝ ਮੁੱਖ ਮੁੱਖ ਅਰਥ ਵਿਚਾਰ ਦੇ ਵਿੱਚ ਸੱਚੇ ਪਾਤਸ਼ਾਹ ਦੀ ਉਸਤਤ ਵਿੱਚ ਵਰਤਦੇ ਆ ਪਾਨ ਦਾ ਅਰਥ ਹੱਥ ਵੀ ਹੈ ਪਾਨ ਦਾ ਅਰਥ ਪਾਨ ਦਾ ਪੱਤਾ ਵੀ ਹੈ ਪਾਨ ਦਾ ਅਰਥ ਸ਼ੋਭਾ ਵੀ ਹੈ ਵਡਿਆਈ ਵੀ ਹੈ ਪਾਨ ਦਾ ਅਰਥ ਫਾਰਸੀ ਦੇ ਵਿੱਚ ਪਾਨ ਦਾ ਪੱਤਾ ਹਿੰਦੀ ਚ ਨਾਗਰਬੇਲ ਦਾ ਪੱਤਾ ਤੰਬੂਲ ਤੇ ਪਾਨ ਕਿਰਿਆ ਵੀ ਹੈ ਪੀਣਾ ਕਿਸੇ ਚੀਜ਼ ਨੂੰ ਪਾਨ ਕਰ ਲੋ ਜੀ ਕੋਈ ਚੀਜ਼ ਪੀ ਲਓ ਕੋਈ ਖਾ ਲਓ ਤਾਂ ਨਮੋ ਪਾਨ ਪਾਨੇ ਹੇ ਅਕਾਲ ਪੁਰਖ ਪਾਨ ਦਾ ਅਰਥ ਕੀ ਸ਼ੋਭਾ ਵੜਿਆਈ ਸ਼ੋਭਾ ਦੀ ਵੀ ਪਾਨੇ ਸ਼ੋਭਾ ਜਿਵੇਂ ਮਹਾਰਾ ਕਹਿੰਦਾ ਮੇਰੇ ਲਾਲਨ ਕੀ ਸ਼ੋਭਾ ਦੁਨਿਆਵੀ ਸ਼ੋਭਾ ਉਹਦੇ ਸਾਹਮਣੇ ਕੀ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੇ ਤੇਜ ਪ੍ਰਤਾਪ ਅੱਗੇ ਭੀਮ ਚੰਦ ਐਵੇਂ ਥੋੜੀ ਝੁਕ ਗਿਆ ਸੀ ਜੇ ਜਿੱਡੀ ਵੱਡੀ ਉਹਨਾਂ ਦੀ ਸ਼ੋਭਾ ਸੀ ਤੇਜ ਪ੍ਰਤਾਪ ਸੀ ਉਹਦੇ ਅੱਗੇ ਕੁਝ ਵੀ ਨਹੀਂ ਫਿੱਕਾ ਪੈ ਗਿਆ ਜਿਵੇਂ ਸੂਰਜ ਸਾਹਮਣੇ ਟਟਹਿਣਾ ਜਾਂ ਦੀਵੇ ਦੀ ਜੋਤ ਤਾਂ ਉਹ ਸ਼ੋਭਾ ਦੀ ਵੀ ਸ਼ੋਭਾ ਹੈ ਜਿਵੇਂ ਮਾਰੇ ਕਹਿੰਦੇ ਨਾ ਬਨ ਤਨ ਮਹੀਪ ਜਲ ਥਲ ਮਹਾਨ ਜਹਤ ਹੈ ਪਰਸੋਹ ਕਰਣਾ ਨਿਧਾਨ ਜਗਮਗ ਤੇਜ ਪੂਰਨ ਪ੍ਰਤਾਪ ਅੰਬਰ ਜ਼ਮੀਨ ਜੇ ਜਪ ਤਜਾਪ ਤਾਂ ਹੇ ਸੱਚੇ ਪਾਤਸ਼ਾਹ ਆਪਦੇ ਤਾਂ ਹੀ ਨਮਸਕਾਰ ਕਿਉਂਕਿ ਜਿੰਨੀ ਪਰਮੇਸ਼ਰ ਦੀ ਸੁਹੱਪਣ ਸੋਹਣਾ ਵਾ ਸ਼ੋਭਾ ਹੈ ਇੰਨੀ ਕਿਸੇ ਦੀ ਵੀ ਨਹੀਂ ਤਾਂ ਦੁਨਿਆਵੀ ਸੁੰਦਰਤਾ ਨੂੰ ਵੀ ਸੁੰਦਰਤਾ ਦੇਣ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਸ਼ੋਭਾ ਦੀ ਵੀ ਸ਼ੋਭਾ ਨਮੋ ਪਾਨ ਪਾਨੇ ਏ ਅਕਾਲ ਪੁਰਖ ਜੀ ਪਾਨ ਆਗਿਆ ਕਰਨ ਵਾਲੇ ਹੁਕਮ ਕਰਨ ਵਾਲੇ ਉਹਨਾਂ ਦੇ ਉੱਪਰ ਵੀ ਤੇਰੀ ਪਾਨੇ ਆਗਿਆ ਚੱਲ ਰਹੀ ਹੈ ਤੇਰੇ ਤਾਈ ਸੱਚੇ ਪਾਤਸ਼ਾਹ ਨਮਸਕਾਰ ਹੈ ਨਮੋ ਬਾਦ 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 ਕਹਿੰਦੇ ਚਰਚਾ ਨੂੰ ਵਿਚਾਰ ਨੂੰ ਏ ਅਕਾਲ ਪੁਰਖ ਜੀ ਤੂੰ ਹੀ ਬਾਦ ਚਰਚਾ ਵਿੱਚ ਉੱਤਮ ਬ੍ਰਹਮ ਗਿਆਨ ਦੀ ਬਾਦੇ ਚਰਚਾ ਹੋ ਜਿੰਨੀਆਂ ਦੁਨਿਆਵੀ ਚਰਚਾ ਨੇ ਇਹਨਾਂ ਵਿੱਚੋਂ ਸਭ ਤੋਂ ਸੁੰਦਰ ਮਨ ਨੂੰ ਠੰਡ ਪਾਉਣ ਵਾਲੀ ਸ਼ਾਂਤ ਕਰਨ ਵਾਲੀ ਬ੍ਰਹਮ ਗਿਆਨ ਦੀ ਚਰਚਾ ਹੈ ਵਿਚਾਰ ਹੈ ਤਾਂ ਐਸੇ ਬ੍ਰਹਮ ਗਿਆਨ ਦੀ ਚਰਚਾ ਸਰੂਪ ਵੀ ਤੁਸੀਂ ਉਹ ਜਿਹੜੀ ਸਤ ਸੰਗ ਦੇ ਵਿੱਚ ਚਰਚਾ ਹੁੰਦੀ ਹੈ ਵਿਚਾਰ ਹੁੰਦੀ ਹੈ ਰੱਬ ਦੀ ਨਾਮ ਦੀ ਸੇਵਾ ਦੀ ਸਿਮਰਨ ਦੀ ਇਹ ਬ੍ਰਹਮ ਗਿਆਨ ਦੀ ਚਰਚਾ ਹੈ ਤਾਂ ਐਸੇ ਬ੍ਰਹਮ ਗਿਆਨ ਦੀ ਚਰਚਾ ਰੂਪ ਹੋ ਇਸ ਕਰਕੇ ਆਪ ਜੀ ਤੇ ਤਾਈ ਨਮੋ ਨਮਸਕਾਰ ਹੈ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਦਾਲ ਕਹੂੰ ਪੂਰਨ ਭਗਤ ਤਾਂ ਹਰ ਚੀਜ਼ ਦੇ ਵਿੱਚ ਕੌਣ ਬੈਠਾ ਹੈ ਵਾਹਿਗੁਰੂ ਪਰਮੇਸ਼ਰ ਜੀ ਬੈਠੇ ਹਨ ਹਰ ਥਾਂ ਤੇ ਹਾਜ਼ਰ ਹਨ ਹਰ ਚੀਜ਼ ਦਾ ਮੂਲ ਉਹੀ ਨੇ ਬਾਹਰੋਂ ਜੋ ਮਰਜੀ ਹੋਵੇ ਅਨੰਗੀ ਅਨਾਮੇ ਸਮਸਤੀ ਸਰੂਪੇ ਏ ਅਕਾਲ ਪੁਰਖ ਜੀ ਅਨੰਗੀ ਆਪ ਅੰਗਾ ਤੋਂ ਰਹਿਤ ਜਿਵੇਂ ਹੱਥ ਪੈਰ ਆਦਿਕ ਅਨਾਮੇ ਤੇਰਾ ਕੋਈ ਖਾਸ ਨਾਮ ਨਹੀਂ ਪਾਪ ਪਰਮੇਸ਼ਰ ਹਰ ਪ੍ਰਕਾਰ ਦੀ ਕਲਪਨਾ ਤੋਂ ਰਹਿਤ ਹੈ ਤਿਰਗੁਣ ਅਤੀਤ ਹੈ ਜੋਤੀ ਸਰੂਪ ਹੈ ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਫਿਰ ਇਹ ਜਿਹੜੇ ਨਾਮ ਤੁਸੀਂ ਆਪਾਂ ਰੋਜ਼ ਜਪ ਸਾਹਿਬ ਦੇ ਵਿੱਚ ਪੜਦੇ ਆ ਤੁਸੀਂ ਉਚਾਰੇ ਇਹ ਇਹ ਕਰਮ ਨਾਮ ਨੇ ਉਹਦੇ ਜਿਹੜੇ ਉਹਨੇ ਕਰਮ ਕੀਤੇ ਕਿਰਪਾ ਕੀਤੀ ਕੌਤਕ ਕੀਤੀ ਲੀਲਾ ਕੀਤੀ ਅਵਤਾਰ ਧਾਰ ਕੇ ਉਹ ਜਾਂ ਜਿਹੜੇ ਦੇਖਣ ਦੇ ਵਿੱਚ ਆਉਂਦੇ ਨੇ ਵੀ ਉਹ ਪਾਲ ਦਾ ਪਿਆ ਹੈ ਉਹ ਜਨਮ ਦਿੰਦਾ ਹੈ ਉਹ ਭਗਤਾਂ ਦੀ ਰੱਖਿਆ ਕਰਦਾ ਉਹ ਨਾਮ ਸਿਰਫ ਇਥੇ ਆ ਰਹੇ ਨੇ ਕਿਉਂ ਦੋ ਗੱਲਾਂ ਨੇ ਨਾ ਇੱਕ ਜਗ੍ਹਾ ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਜਬਜੀ ਸਾਹਿਬ ਬਹੁਤਾ ਕਰਮ ਲਿਖਿਆ ਨਾ ਜਾਏ ਉਹਦਾ ਕਰਮ ਹੀ ਏਡਾ ਵੱਡਾ ਲਿਖੋਗੇ ਕੀ ਤੇ ਦੂਸਰੇ ਬੰਨੇ ਜੇ ਕੋਈ ਸਵਾਲ ਕਰ ਦੇ ਵੀ ਆਪਣੇ ਜਾਬ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਾਂ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਕੀਰਤਨ ਨਾਮ ਕਥੇ ਤੇਰੇ ਜੇਹਬਾ ਸਤ ਨਾਮ ਤੇਰਾ ਪਰਪੂਰ ਨਹੀਂ ਕੋਈ ਬੋਲ ਸਕਦਾ ਪਹਿਲੇ ਛੰਦ ਚ ਛਪੇ ਛਾਂ ਦੇ ਵਿੱਚ ਚੱਕਰ ਚ ਨਰ ਬਰਨ ਜਾਤ ਔਰ ਪਾਤ ਨਹਿਨ ਜੇ ਹੁਣ ਕੀ ਕਹਿੰਦੇ ਮਹਾਰਾਜ ਰੂਪ ਰੰਗ ਆ ਰੇਖ ਭੇ ਕਉ ਕਹਿ ਨਾ ਸਕਤ ਕੇ ਅਚਲ ਮੂਰਤਾਂ ਨੂੰ ਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਨੇ ਤੇ ਪਾਵਨ ਮਹੀਪ ਸੁਰ ਨਾਰਾ ਸੋਰ ਨੇਤ ਨੇਤ ਬੰ ਤ੍ਰੇਣ ਕਹਿ ਤੋ ਸਰਬਨਾਮ ਕਥੈ ਕਵਨ ਤੋ ਸਰਬਨਾਮ ਕਥੈ ਕਵਨ ਇਹਨੂੰ ਜਪਜੀ ਸਾਹਿਬ ਚ ਲੱਪਣਾ ਬਹੁਤਾ ਕਰਮ ਲਿਖਿਆ ਨਾ ਜਾਏ ਤੋ ਸਰਬਨਾਮ ਦੇ ਹੋ ਦਿਖਣ ਦੇ ਵਿੱਚ ਆਉਂਦੇ ਨੇ ਸੁਰਤ ਦੇ ਵਿੱਚ ਜਿੰਨੇ ਕਾਉਂਦੇ ਨੇ ਉਹ ਆਪਜੀ ਦੀ ਸਿਫਤ ਕਰਨ ਵਾਸਤੇ ਉਚਾਰਨ ਕੀਤੇ ਨੇ ਇਸ ਕਰਕੇ ਜੋਤੀਸ ਰੂਪ ਦਾ ਕੋਈ ਖਾਸ ਨਾਮ ਨਹੀਂ ਸਿਰਫ ਜਿੰਨੇ ਕੋ ਨਾ ਕਰਮ ਕੀਤੇ ਉਹ ਲਿਖਣ ਤੇ ਪੜਨ ਦੇ ਵਿੱਚ ਜੀਵਨ ਸਫਲ ਕਰਨ ਦੇ ਵਿੱਚ ਉਹ ਨਾਮ ਜਿਹੜੇ ਨੇ ਸਤਿਗੁਰੂ ਨੇ ਕਥਨ ਕੀਤੇ ਇਸ ਕਰਕੇ ਕਹਿ ਦਿੱਤਾ ਅਨਾਮੇ ਤੇਰਾ ਕੋਈ ਖਾਸ ਨਾਮ ਨਹੀਂ ਸਮਸਤੀ ਸਰੂਪੇ ਇਹ ਅਕਾਲ ਪੁਰਖ ਜੀ ਸਮਸਤੀ ਆਪ ਸਰਬ ਰੂਪ ਤੇਥੋਂ ਵੱਖ ਕੁਝ ਵੀ ਨਹੀਂ ਜੋ ਦਿਸੇ ਸੋ ਸਗਲ ਤੂੰ ਹੈ ਹਰ ਜਗ੍ਹਾ ਤੇ ਤੂੰ ਹੀ ਬੈਠਾ ਹੋਇਆ ਹੈ ਹਰ ਥਾਂ ਤੇ ਤੂੰ ਹੀ ਹਾਜ਼ਰ ਹੈ ਪਰਪੰਗੀ ਪਰਪੰਗੀ ਪਰਮਾਥੇ हे ਅਕਾਲ ਪੁਰਖ ਜੀ ਤੂੰ ਪਰ ਵਿਸ਼ੇਸ਼ ਕਰਕੇ ਭੰਗੀ ਨਸ਼ਟ ਕਰਨ ਵਾਲਾ ਹੈ ਪ੍ਰਾ ਵਿਸ਼ੇਸ਼ ਕਰਕੇ ਮਾਥੇ ਜਿਹੜੇ ਦੁਖਦਾਈ ਦੁਸ਼ਟ ਨੇ ਉਹਨਾਂ ਨੂੰ ਪਰਮਾਥਿਆਂ ਨੂੰ ਜਿਹੜੇ ਬਹੁਤੇ ਦੁਸ਼ਟ ਨੇ ਪ੍ਰਾ ਮਾਥੇ ਵਿਸ਼ੇਸ਼ ਕਰਕੇ ਦੁਸ਼ਟ ਨੇ ਉਹਨਾਂ ਨੂੰ ਪ੍ਰਾ ਭੰਗੀ ਵਿਸ਼ੇਸ਼ ਕਰਕੇ ਫਿਰ ਚੰਗੀ ਤਰ੍ਹਾਂ ਹੀ ਫਿਰ ਉਹਨਾਂ ਨੂੰ ਨਸ਼ਟ ਕਰ ਦੇਣਾ ਹੈ ਖਤਮ ਕਰ ਦੇਣਾ ਹੈ ਪਰ ਭੰਗੀ ਪਰਮਾਥੇ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੋਰਨ ਨਰਕ ਘੋਰ ਚਾਲਿਆਂ ਪ੍ਰਪੰਗੀ ਪਰਮਾਥੇਦਾਰਤ ਜਾਂ ਦੂਸਰਾ ਕਰਦੇ ਨੇ ਇਹ ਅਕਾਲ ਪੁਰਖ ਜੀ ਤੂੰ ਭੰਗੀ ਨਾਸ ਤੋਂ ਪਰ ਪਰੇ ਹੈ ਪ੍ਰਪੰਗੀ ਹੈ ਨਾ ਸ਼ਬਦ ਪਰ ਮੈਂ ਨੇ ਵਿਸ਼ੇਸ਼ ਕਰਕੇ ਤੇ ਪਰ ਦਾ ਅਰਥ ਇਹ ਵੀ ਹੁੰਦਾ ਪਰੇ ਭੰਗੀ ਮੈਂ ਨੇ ਨਾਸ ਤੁਸੀਂ ਭੰਗੀ ਨਾਸ ਹੋਣ ਤੋਂ ਖਤਮ ਹੋਣ ਤੋਂ ਪਰ ਪਰੇ ਹੋ ਤੇ ਪਰਮार्थੇ ਹੁਣ ਪਰਮਾਥੇ ਦਾ ਅਰਥ ਕੀ ਹੁੰਦਾ ਪਰਮਾਰਥ ਪਰਮਾਰਥ ਜਿਵੇਂ પુરਸ਼ਾਰਥ ਹੁੰਦਾ ਨਾ ਵੀ ਪੁਰਸ਼ ਦੀ ਅਰਥ ਮੇਸ਼ਰ ਆ ਸਾਰ ਵਸਤੂ ਜਿੰਨੇ ਉਹਨੂੰ ਪ੍ਰਾਪਤ ਕਰ ਲਿਆ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੇ ਜਿੰਨੇ ਉਹਨੂੰ ਨਾ ਪ੍ਰਾਪਤ ਕੀਤਾ ਉਹਨੇ ਸਾਰਾ ਕੁਝ ਮਿਹਨਤ ਕਰਕੇ ਜਾਂ ਫਿਰ ਦੂਸਰੇ ਪਾਸੇ ਠਗੀਆਂ ਠੂਰੀਆਂ ਮਾਰ ਕੇ ਇਕੱਠਾ ਕੀਤਾ ਕੁਝ ਵੀ ਨਾ ਕੀਤਾ ਕਿਉਂ ਮਨ ਨੂੰ ਸੰਤੋਖ ਨ ਆਇਆ ਤੇ ਜਿਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਉਹਨੇ ਸਭ ਕੁਝ ਹੀ ਪ੍ਰਾਪਤ ਕਰ ਲਿਆ ਐਸਾ ਪਰਮਾਰਥ ਸਰੂਪ ਹੈ ਸਮਸਤੀ ਵਿਭੂਤੇ ਇਹ ਅਕਾਲ ਪੁਰਖ ਜੀ ਆਪ ਜੀ ਸਮਸਤੀ ਸੰਪੂਰਨ ਵਿਭੂਤੇ ਵਿਭੂਤੀ ਸੰਪਤਾ ਦੇ ਮਾਲਕ ਹੋ ਕਿਉਂ ਹੋਰ ਜਿਨੇ ਸੱਜਣ ਨੇ ਉਹਨਾਂ ਪਾਸ ਧਨ ਦੌਲਤ ਤੇ ਹੈ ਪਰ ਸੰਪੂਰਨ ਨਹੀਂ ਉਹਨਾਂ ਨੂੰ ਘਾਟ ਰੜਕਦੀ ਪੈਂਦੀ ਰਹਿੰਦੀ ਹੈ ਤੁਸੀਂ ਦੇਖਿਆ ਹੋਊਗਾ ਵੀ ਇੱਕ ਚੀਜ਼ ਆ ਜਾਏ ਤੇ ਫਿਰ ਦੂਜੀ ਦੀ ਇੱਛਾ ਹੋ ਜਾਂਦੀ ਹੈ ਫਿਰ ਦੂਜੀ ਜੇ ਕੋਈ ਬੰਦਾ ਲੱਖਾਂ ਪਤੀ ਹੋ ਜੇ ਫਿਰ ਉਹ ਕਰੋੜਾਂ ਪਤੀ ਵੱਲ ਝਾਕਦਾ ਵੀ ਇਹਦੇ ਜਿੰਨੇ ਨਹੀਂ ਮੇਰੇ ਤੋਂ ਹੈਗੇ ਹੁਣ ਜਿਹੜੇ ਕਰੋੜਾਂ ਪਤੀ ਹੋ ਗਏ ਉਹ ਫਿਰ ਅਰਬਾਂ ਪਤੀ ਵੱਲ ਝਾਕਦੇ ਨੇ ਵੀ ਉਹਦੇ ਜਿੰਨੇ ਸਾਡੇ ਕੋਲੇ ਨਹੀਂ ਹੈਗੇ ਤਾਂ ਇਦਾਂ ਉਹਨਾਂ ਨੂੰ ਘਾਟ ਲੱਗੀ ਰਹਿੰਦੀ ਹੈ ਸਾਰੀ ਉਮਰ ਪਰ ਇੱਕੋ ਇੱਕ ਪਰਮੇਸ਼ਰ ਕਿਹੜਾ ਹੈ ਜਿਹਦੇ ਕੋਲੇ ਵਿਭੂਤੇ ਖਜ਼ਾਨੇ ਵਿਭੂਤੀਆਂ ਖਜ਼ਾਨੇ ਸਮਸਤੀ ਸਾਰੇ ਹੀ ਨੇ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਪ੍ਰਤੀਤ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਪ੍ਰਤੀਤ ਹੁੰਦੀ ਉਹਨੂੰ ਸਭ ਕੁਝ ਹੀ ਵਾਹਿਗੁਰੂ ਦਾ ਸਾਰਾ ਕੁਝ ਪਰਮੇਸ਼ਰ ਦਾ ਹੈ ਜਿੰਨੇ ਵੀ ਖਜ਼ਾਨੇ ਨੇ ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਜਿੰਨਾ ਵੀ ਪੈਸਾ ਬੰਦਿਆਂ ਤੋਂ ਹੈ ਉਹਨਾਂ ਨੂੰ ਕੋਈ ਨਾ ਕੋਈ ਕਮੀ ਮਹਿਸੂਸ ਹੁੰਦੀ ਹੈ ਲੋਭ ਲੱਗਾ ਰਹਿੰਦਾ ਹੈ ਉਹਨਾਂ ਤੋਂ ਜਿੰਨਾ ਵੀ ਪੈਸਾ ਹੈ ਉਹ ਉਹਨਾਂ ਦੇ ਵਾਸਤੇ ਫਿਰ ਵੀ ਦੁੱਖ ਹੀ ਦਾਈ ਹੀ ਬਣਦਾ ਹੈ ਕਿਉਂਕਿ ਪੈਸਾ ਕੱਲਾ ਨਹੀਂ ਆਉਂਦਾ ਬੰਦੇ ਕੋਲ ਪੈਸੇ ਦੇ ਨਾਲ ਹੋਰ ਵੀ ਬੜਾ ਕੁਝ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਦੇਖਣ ਦੇ ਵਿੱਚ ਨਹੀਂ ਹੁੰਦਾ ਰੋਗ ਸੋਗ ਆਉਂਦੇ ਨੇ ਉਦਾਹਰਣ ਦੇ ਤੌਰ ਤੇ ਕੇਵਲ 1 ਮਿੰਟ ਵਾਸਤੇ ਸਮਾਪਤੀ ਦਾ ਸਮਾਹ ਹੋ ਗਿਆ ਦੁਨੀਆ ਦੇ 8 ਬੰਦੇ ਸਭ ਤੋਂ ਅਮੀਰ ਸਭ ਤੋਂ ਜ਼ਿਆਦਾ ਜਿਨ੍ਹਾਂ ਕੋਲ ਅਮਰੀਕਾ ਦੀ ਗਵਰਨਮੈਂਟ ਨਾਲੋਂ ਵੀ ਵੱਧ ਪੈਸਾ ਸੀ ਐਡੇ ਅਮੀਰ ਬੰਦੇ ਪਰ ਮਨ ਨੂੰ ਸੰਤੋਖ ਨਹੀਂ ਮਨ ਨੂੰ ਸ਼ਾਂਤੀ ਨਹੀਂ ਹਰੇਕ ਦੀ ਮੌਤ ਇਦਾਂ ਹੋਈ ਇੰਨੀ ਮਾੜੀ ਹੋਈ ਤੁਸੀਂ ਹੈਰਾਨ ਹੋਵੋਗੇ ਜਿਵੇਂ ਪਹਿਲਾ ਚਾਰਲਸ ਸ਼ਵਾਬ ਸਟੀਲ ਕੰਪਨੀਆਂ ਦਾ ਮਾਲਕ ਦਿਵਾਲੀਆ ਹੋ ਕੇ ਮਰਿਆ ਦੂਜਾ ਹਾਵਰਡ ਹਵਸਨ ਇਹ ਪਾਗਲ ਹੋ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਮਰਿਆ ਦੁਨੀਆ ਦਾ ਸਭ ਤੋਂ ਅਮੀਰ ਤੀਸਰਾ ਆਰਥਰ ਕਟਨ ਅੰਨ ਦਾ ਵਪਾਰੀ ਕਰਜ਼ਾਈ ਹੋ ਕੇ ਮਰਿਆ ਰਿਚਰਡ ਵਿਟਨੇ ਜੇਲ ਦੇ ਵਿੱਚ ਤਰਲੇ ਕਰ ਕਰਕੇ ਜ਼ਹਿਰ ਲਿਆ ਆਤਮ ਹੱਤਿਆ ਕੀਤੀ ਜੇਲ ਦੇ ਵਿੱਚ ਮਰਿਆ ਆਤਮ ਹੱਤਿਆ ਕਰਕੇ ਐਲਬਰਟ ਫਾਲ ਘਰ ਚੋਂ ਬਾਹਰ ਜਾਣ ਦਾ ਹੁਕਮ ਨਹੀਂ ਸੀ ਘਰ ਚ ਬੰਦੀ ਰਹਿ ਕੇ ਮਰਿਆ ਹੋਰ ਜੈਸੀ ਲਿਵਰ ਵੱਡਾ ਖਰੀਦਦਾਰ ਸੀ ਵਾਲ ਸਟਰੀਟ ਦਾ ਆਤਮ ਹੱਤਿਆ ਕਰਕੇ ਮਰਿਆ ਲੀਓਨ ਫਰੇਜ਼ਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਮਾਲਕ ਆਤਮ ਹੱਤਿਆ ਕਰਕੇ ਮਰਿਆ ਇਵਾਨ ਕਰੂਗਰ ਬੈਂਕਾਂ ਦਾ ਮਾਲਕ ਬੈਂਕਾਂ ਚਲਦਿਆਂ ਸੀ ਉਹਦੀਆਂ ਆਤਮ ਹੱਤਿਆ ਕਰਕੇ ਮਰਿਆ ਇਹ ਜਿੰਨੇ ਲੋਕ ਨੇ ਇਹ 8 ਬੰਦੇ ਸਿਰਫ ਉਦਾਹਰਣ ਨੇ ਦੁਨੀਆ ਦੇ ਸਭ ਤੋਂ ਅਮੀਰ ਤੇ ਇੰਨੇ ਜਿਆਦੇ ਅਮੀਰ ਸਨ ਏ ਅਮਰੀਕਾ ਦੀ ਗਵਰਨਮੈਂਟ ਦੇ ਨਾਲੋਂ ਵੱਧ ਪੈਸਾ ਸੀ ਪਰ ਫਿਰ ਘਾਟ ਕਿਹਦੀ ਸੀ ਕਿਹੜੀ ਚੀਜ਼ ਦੀ ਘਾਟ ਰੜਕਦੀ ਰਹੀ ਵੀ ਆਤਮ ਹੱਤਿਆ ਕਰਨੀ ਪੈ ਗਈ ਕਿਹੜੀ ਚੀਜ਼ ਦੀ ਘਾਟ ਰੜਕਦੀ ਰਹੀ ਵੀ ਕੰਧਾਂ ਨੂੰ ਸਿਰ ਮਾਰ ਮਾਰ ਕੇ ਮਰੇ ਤਾਂ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਮੀ ਰਹਿੰਦੀ ਹੈ ਸੰਪੂਰਨਤਾ ਸਿਰਫ ਪਰਮੇਸ਼ਰ ਪਾਸ ਹੈ ਇਸੇ ਕਰਕੇ ਜਦੋਂ ਸੰਤ ਕੋਈ ਜਾਂ ਚੜ੍ਹਾਈ ਕਰ ਜਾਣ ਜਾਂ ਜਿਉਂਦੇ ਹੋਣ ਕੋਈ ਪਰਮੇਸ਼ਰ ਤੱਕ ਪਹੁੰਚੇ ਹੋਣ ਉਹਨਾਂ ਦੇ ਨਾਮ ਨਾਲ ਲਿਖ ਦਿੱਤਾ ਜਾਂਦਾ ਨਾ ਪੂਰਨ ਸੰਤ ਪੂਰਨ ਸਿਰਪ ਉਹੀ ਹੈ ਹੋਰ ਕੋਈ ਪੂਰਨ ਨਹੀਂ ਹੈ ਪੂਰਨ ਉਹ ਆ ਜਿਹਨੂੰ ਪਰਮੇਸ਼ਰ ਮਿਲ ਗਿਆ ਪਰਮੇਸ਼ਰ ਦੇ ਬਾਸੀ ਸਮਸਤੀ ਵਿਭੂਤੇ ਸੰਪੂਰਨ ਵਿਭੂਤੀਆਂ ਦਾ ਉਹ ਮਾਲਕ ਆ ਖਜ਼ਾਨਿਆਂ ਦਾ ਮਾਲਕ ਹੈ ਉਹਦੀ ਪ੍ਰਾਪਤੀ ਹੋਵੇ ਤੇ ਸੰਪੂਰਨਤਾ ਹੁੰਦੀ ਹੈ ਨਹੀਂ ਤੇ ਕਿਸੇ ਦੀ ਸੰਪੂਰਨਤਾ ਨਹੀਂ ਹੁੰਦੀ ਭਾਵੇਂ ਸਭ ਕੁਝ ਕਮਾ ਲੇ ਤਾਂ ਵੀ ਘਾਟ ਰੜਕਦੀ ਰਹਿੰਦੀ ਹੈ ਇਸ ਕਰਕੇ ਦਸਵੇਂ ਪਾਤਸ਼ਾਹ ਕੀ ਕਹਿੰਦੇ ਪਰਪੰਗੀ ਪਰਮਾਥੇ ਸਮਸਤੀ ਵਿਭੂਤੇ ਇਹ ਪਾਵਨ ਪੀਤਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਜੀ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਪਰਮਾਥੇ ਸਮਸਤੀ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ